ਕਰਦੇ ਹਾਂ ਦੇਸ਼ ਦੁਨੀਆਂ ਦੀਆਂ ਅਹਿਮ ਖਬਰਾਂ ਦੇ ਉੱਤੇ ਪਾਠ ਸਾਹਿਬ ਦਾ ਪ੍ਰਤੀਕਰਮ ਜਾਣਨ ਦੇ ਵਾਸਤੇ ਆਪਾਂ ਜੁੜਦੇ ਹਾਂ ਉਨ੍ਹਾਂ ਦੇ ਨਾਲ ਤੇ ਸਾਨੂੰ ਤੁਹਾਡੇ ਨਾਲ ਜੁੜਨ ਵਾਲੇ ਸਾਰੇ ਸੱਜਣ ਜਿਹੜੇ ਉਨ੍ਹਾਂ ਦੇ ਵਿਚੋਂ ਕੁਛ ਨਾਂ ਚੇਤੇ ਰਹਿੰਦੇ ਨੇ ਕਿਉਂਕਿ ਉਨ੍ਹਾਂ ਨੇ ਸਾਨੂੰ ਚੇਤੇ ਰੱਖਿਆ ਹੋਇਆ। ਇਨ੍ਹਾਂ ਚੋਂ ਬਾਈ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੇ ਪਿੰਡ ਸਿੰਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵਾਲੇ ਤੇ ਕਪੂਰਥਲਾ ਵਾਲੇ ਇਸ ਗੱਲੋਂ ਵੀ ਵਧਾਈ ਦੇ ਪਾਤਰ ਕਿ ਕੱਲ੍ਹ ਉਨ੍ਹਾਂ ਨੇ ਨਿਊਯਾਰਕ ਦੇ ਵਿਚ ਬੜਾ ਵਧੀਆ ਕਬੱਡੀ ਦਾ ਨੀ ਟੂਰਨਾਮੈਂਟ ਕਰਾਇਆ, ਵਾਲੀਬਾਲ, ਸੌਕਰ, ਰੱਸਾਕਸੀ। ਤੇ ਖਬਰਸਾਰ ਦੀ ਦੁਨੀਆਂ ਦੇ ਵਿਚ ਜੁੜਨ ਜਾ ਰਹੇ ਹਾਂ ਪਰਮਵੀਰ ਸਿੰਘ ਭੱਟ ਸਾਹਿਬ ਦੇ ਨਾਲ। ਜੀ ਭੱਟ ਸਾਹਿਬ, ਸਵਾਗਤ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਮਿਹਰਬਾਨੀ ਸੁਖਨੈਪ ਜੀ। ਰੇਡੀਓ ਚੈਨਲ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ, USA ਵਾਲਿਆਂ ਵੱਲੋਂ ਜੀ। ਸੋ ਬਹੁਤ ਮਿਹਰਬਾਨੀ ਚੱਠਾ ਸਾਹਿਬ ਦੀ। ਤੇ ਭੱਟ ਸਾਹਿਬ, ਗੱਲ ਕਰੀਏ ਜੀ, ਆਮ ਆਦਮੀ ਪਾਰਟੀ ਦਾ ਜਿਹੜਾ ਸੰਕਟ ਹੈ, ਕਹਿੰਦਾ ਉਵੇਂ ਹੀ ਹੈ, ਨਵਜ ਉੱਥੇ ਹੀ ਖੜੀ ਹੈ, ਧੜਕਣ ਕੀ ਕਹਿੰਦੀ ਹੈ ਜੀ? ਸੁਖਨੈਪ ਜੀ, ਤਿੰਨ ਚਾਰ ਘਟਨਾਵਾਂ ਨਵੀਆਂ ਵਾਪਰੀਆਂ ਜਿਹਨੇ ਆਮ ਆਦਮੀ ਪਾਰਟੀ ਦਾ ਸੰਕਟ ਵਧਾ ਦਿੱਤਾ ਤੇ ਸੰਕਟ ਐਤਕੀ ਸਿੱਧਾ ਨੀ ਹੋਏਗਾ, ਐਤਕੀ ਲੜਾਈ ਥੋੜੀ ਜਿਹੀ ਟੇਢੀ ਹੋ ਗਈ, ਵਿੰਗੀ ਹੋ ਗਈ ਜੀ। ਸੁਖਪਾਲ ਖਹਿਰਾ ਦੁਆਰਾ ਸਾਥੀਆਂ ਸਮੇਤ ਬਠਿੰਡੇ ਦੇ ਵਿਚ ਕਨਵੈਨਸ਼ਨ ਕਰਨਾ ਜੀ, ਉਸ ਕਨਵੈਨਸ਼ਨ ਦੇ ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਢਾਂਚਾ ਭੰਗ ਕਰਨਾ ਜੀ ਤੇ ਨਵੇਂ ਢਾਂਚੇ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਐਲਾਨਣ ਦਾ ਦਾਵਾ। ਇਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਬੜੀ ਤੇਜ਼ ਹੋ ਗਈ ਸੀ। ਫਿਰ ਡਾਕਟਰ ਬਲਵੀਰ ਸਿੰਘ ਦੀ ਅਗਵਾਈ ਦੇ ਵਿਚ ਚੰਡੀਗੜ੍ਹ ਮੀਟਿੰਗ ਹੋਈ ਦਿੱਲੀ ਧੜੇ ਦੀ, ਜਿਹੜੇ ਦਿੱਲੀ ਵਾਲਿਆਂ ਨਾਲ ਸੰਬੰਧਿਤ ਹੈ। ਉਨ੍ਹਾਂ ਨੇ ਭਗਵੰਤ ਮਾਨ ਤੇ ਅਮਨ ਅਰੋੜਾ ਦਾ 6 ਮਹੀਨੇ ਬਿਹਾ ਹੋਇਆ ਅਸਤੀਫ਼ਾ ਨਾਮਨਜ਼ੂਰ ਕਰਨ ਦੀ ਸਿਫਾਰਿਸ਼ ਹਾਈਕਮਾਨ ਨੂੰ ਭੇਜਤੀ ਜੀ। ਅਸਤੀਫਾ ਨਾਮਨਜ਼ੂਰ ਕਰਨ ਦੀ ਸਿਫਾਰਿਸ਼ ਭੇਜੀ ਪੰਜਾਬ ਚੋਂ, ਪੱਤਰਕਾਰਾਂ ਨੇ ਟੱਲੀਆਂ ਭਗਵੰਤ ਮਾਨ ਨੂੰ ਖੜਕਾਈਆਂ ਤੇ ਮਾਨ ਸਾਹਿਬ ਦਾ ਪ੍ਰਤੀਕਰਮ ਆ ਗਿਆ, ਕਹਿੰਦੇ ਜੇ ਸਾਰੇ ਕਹਿੰਦੇ ਆ ਤਾਂ ਮੈਂ ਸਾਂਭ ਲੂੰਗਾ ਕਮਾਂਡ, ਮੈਂ ਠੀਕ ਹੋ ਕੇ ਆਉਣਾ ਵਾਪਸ, ਸਾਰੇ ਪੰਜਾਬ ਦੇ ਵਿਚ ਆਪਾਂ ਫਿਰ ਪਾਰਟੀ ਸਰਗਰਮ ਕਰ ਦਿੰਦੇ ਹਾਂ, ਕਿਹੜੀ ਗੱਲ ਹੈ। ਚਲੋ, ਉਹਦੇ ਤੋਂ ਬਾਅਦ ਕਈ ਤਰ੍ਹਾਂ ਦੇ ਰੌਲੇ ਪਏ। ਭਗਵੰਤ ਮਾਨ ਸਾਹਿਬ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਟਿੱਪਣੀ ਆਈ, ਇੱਕ ਅਪਲੋਡ ਕੀਤਾ ਸਟੇਟਸ ਆਇਆ, ਉਹਦੇ ਉੱਤੇ ਸੈਂਕੜੇ ਟਿੱਪਣੀਆਂ ਆਈਆਂ, ਕੋਈ ਮਿੱਠੀਆਂ ਤੇ ਕੋਈ ਖਲੂਣੀਆਂ ਜੀਆਂ ਜੀ। ਚਲੋ, ਅੱਜ ਜਿਹੜੀ ਸਭ ਤੋਂ ਵੱਡੀ ਡਿਵੈਲਪਮੈਂਟ ਆਮ ਆਦਮੀ ਪਾਰਟੀ ਦੀ ਅੰਦਰੂਨੀ ਕਸ਼ਮਕਸ਼ ਦੀ, ਉਹ ਜ਼ਿਲ੍ਹਾ ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਗੜਸ਼ੰਕਰ ਤੇ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਦੇ ਪੱਖ ਤੋਂ। ਇਹ ਜੈ ਕਿਸ਼ਨ ਸਿੰਘ ਰੋੜੀ ਅੱਜ ਸੁਖਪਾਲ ਸਿੰਘ ਖਹਿਰੇ ਦੇ ਨਾਲ ਅਚਾਨਕ ਜਦੋਂ ਬੈਠਾ ਲੋਕਾਂ ਵੇਖਿਆ ਪ੍ਰੈਸ ਕਾਨਫਰੰਸ ਵਿਚ, ਸੋਸ਼ਲ ਮੀਡੀਆ ਤੇ, ਮੀਡੀਆ ਦੇ ਵਿਚ, ਤੇ ਲੋਕ ਬੜੇ ਹੈਰਾਨ ਹੋਏ। ਤੇ ਜੈ ਕਿਸ਼ਨ ਸਿੰਘ ਰੋੜੀ ਨੇ ਅੱਜ ਕਿਹਾ ਕਿ ਮੈਂ ਸੁਖਪਾਲ ਸਿੰਘ ਖਹਿਰਾ ਪਿੰਡ ਦੇ ਸਾਥੀਆਂ ਦੇ ਨਾਲ ਹਾਂ, ਮੇਰੀਆਂ ਕੁਝ ਸ਼ੰਕਾਵਾਂ ਸੀ, ਮੈਨੂੰ ਲੱਗਦਾ ਸੀ ਕਿ ਸੁਖਪਾਲ ਸਿੰਘ ਖਹਿਰਾ ਪਾਰਟੀ ਛੱਡ ਜਾਣਗੇ ਤੇ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਸ਼ਾਮਿਲ ਹੋ ਜਾਣਗੇ, ਪਰ ਮੈਨੂੰ ਅੱਜ ਇਹਨਾਂ ਨੇ ਭਰੋਸਾ ਦਿੱਤਾ ਕਿ ਆਪਾਂ ਕਿਸੇ ਪਾਸੇ ਨਹੀਂ ਜਾਣਾ ਤੇ ਮੈਂ ਹੁਣ ਪੰਜਾਬ ਦੇ ਭਲੇ ਦੇ ਲਈ, ਪੰਜਾਬ ਆਮ ਆਦਮੀ ਪਾਰਟੀ ਦੀ ਖੁਦ ਮੁਖਤਿਆਰੀ ਦੇ ਲਈ ਇਹਨਾਂ ਦੇ ਨਾਲ ਖੜਾ ਹੈ ਜੀ। ਚਲੋ, ਗੱਲ ਕਲੀਅਰ ਹੋ ਗਈ। ਇਹਦੇ ਤੋਂ ਪਹਿਲਾਂ ਇੰਨੀ ਗੱਲ ਮੈਂ ਦੱਸਦਾ ਜਾਵਾਂ ਕਿ ਜਿਸ ਦਿਨ ਚੰਡੀਗੜ੍ਹ ਦੇ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਨੇ ਇਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹੇ ਜਾਣ ਤੋਂ ਬਾਅਦ, ਜਦੋਂ ਕੁੱਲ ਮਿਲਾ ਕੇ 9 MLA ਸਮੇਤ ਸੁਖਪਾਲ ਸਿੰਘ ਖਹਿਰਾ ਉੱਥੇ ਹਾਜ਼ਰ ਸਨ, ਉਹਨਾਂ ਦੇ ਵਿਚ ਹੁਸ਼ਿਆਰਪੁਰ ਦੇ ਜੈ ਕਿਸ਼ਨ ਸਿੰਘ ਰੋੜੀ ਵੀ ਸੀ, ਪਰ ਬਾਅਦ ਵਿਚ ਰੋੜੀ ਸਾਹਿਬ ਮੀਤਖੇੜ ਤੇ 2 ਹੋਰ MLA ਜਿਹੜੇ ਆ ਮਨਜੀਤੂ ਬਿਲਾਸਪੁਰੀ ਤੇ ਕੁਲਵੰਤ ਸਿੰਘ ਪੰਡੋਰੀ, ਉਹਨਾਂ ਨੂੰ ਲੈ ਕੇ ਦਿੱਲੀ ਜਾਂਦੇ ਆ। ਦਿੱਲੀ ਜਾ ਕੇ ਸਿਸੋਦੀਆ ਸਾਹਿਬ ਤੇ ਕੇਜਰੀਵਾਲ ਸਾਹਿਬ ਨਾਲ ਮੁਲਾਕਾਤ ਹੁੰਦੀ ਹੈ, ਫਿਰ ਖਹਿਰਾ ਸਾਹਿਬ ਤੇ ਸਾਥੀਆਂ ਨੂੰ ਸੱਦਾ ਆਉਂਦਾ, ਉਹਨਾਂ ਦੇ ਨਾਲ ਸਿਸੋਦੀਆ ਸਾਹਿਬ ਦੀ ਗੱਲ ਹੁੰਦੀ ਹੈ, ਗੱਲ ਕਿਸੇ ਤਣ ਪੱਤਣ ਨਹੀਂ ਲੱਗਦੀ, ਖਹਿਰਾ ਸਾਹਿਬ ਤੇ ਸਾਥੀ ਵਾਪਸ ਆਉਂਦੇ ਆ ਪਰ ਜੈ ਕਿਸ਼ਨ ਰੋੜੀ ਨਹੀਂ ਆਉਂਦੇ, ਉਹ ਦਿੱਲੀ ਰਹਿੰਦੇ ਆ, ਉਹ ਯਤਨ ਕਰਦੇ ਆ। ਪਰ ਹੁਣ ਦਿੱਲੀ ਤੋਂ ਵਾਪਸ ਆ ਕੇ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਹਮਾਇਤ ਦੇਣ ਦਾ ਜਦੋਂ ਐਲਾਨ ਕੀਤਾ, ਉਦੋਂ 3 ਗੱਲਾਂ ਜਿਹੜੀਆਂ ਨੇ ਉਹ ਸੁਖਨੈਪ ਜੀ ਚੇਤੇ ਰੱਖਣ ਵਾਲੀਆਂ, ਜਿਹਨਾਂ ਨੇ ਪ੍ਰਭਾਵ ਬਹੁਤ ਪਾਉਣਾ ਜੀ। ਉਹ ਕਹਿੰਦੇ ਜੀ, ਦੇਖੋ ਪਹਿਲੀ ਗੱਲ ਇਹ, ਮੈਨੂੰ ਬਹੁਤ ਸਾਰੇ NRIs ਦੇ ਟੈਲੀਫੋਨ ਆਏ ਨੇ, ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅਸੀਂ ਤੇਰੀ ਮਦਦ ਵੀ ਕੀਤੀ ਸੀ ਇਲੈਕਸ਼ਨ ਦੇ ਵਿਚ, ਤੂੰ ਖਹਿਰੇ ਦਾ ਸਾਥ ਦੇ, ਖਹਿਰਾ ਪੰਜਾਬ ਨਹੀਂ ਲੜਦਾ। ਮੈਂ ਕਹਿੰਦੇ ਇਸ ਕਰਕੇ ਸਾਥ ਦੇਣ ਲੱਗਾ। ਦੂਸਰਾ ਉਹ ਕਹਿੰਦੇ ਮੈਂ ਆਪਣੇ ਪਾਰਟੀ ਦੇ ਵਰਕਰਾਂ ਨਾਲ, ਹਲਕੇ ਦਿਆਂ ਨਾਲ ਜਦੋਂ ਗੱਲ ਕੀਤੀ ਹੈ, 95% ਵਰਕਰ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਹੀ ਠੀਕ ਨੇ, ਤੂੰ ਉਹਨਾਂ ਦਾ ਸਾਥ ਦੇ। ਕਹਿੰਦੇ ਵਰਕਰਾਂ ਨੇ ਜਿਤਾਇਆ, NRIs ਨੇ ਸਪੋਰਟ ਕੀਤੀ, ਮੈਂ ਉਹਨਾਂ ਦੀ ਗੱਲ ਕਿਵੇਂ ਮੋੜ ਸਕਦਾ, ਇਸ ਕਰਕੇ ਮੈਂ ਸੁਖਪਾਲ ਸਿੰਘ ਖਹਿਰਾ ਦੇ ਨਾਲ। ਇਹ ਦੋਵੇਂ ਗੱਲਾਂ ਮਹੱਤਵਪੂਰਨ ਇਸ ਕਰਕੇ ਹੈ ਕਿਉਂਕਿ ਬਾਕੀ MLAs ਦੇ ਉੱਤੇ ਵੀ ਉਹਨਾਂ ਦੇ ਆਪਣੇ ਹਲਕਿਆਂ ਦੇ ਵਿੱਚੋਂ ਦਬਾਅ ਪੈ ਰਿਹਾ, ਬਾਕੀ ਹਲਕਿਆਂ ਦੇ ਵਿੱਚ, ਖਾਸ ਤੌਰ ਦੇ ਉੱਤੇ ਮੈਂ ਕਲਾ ਕੁਲਵੰਤ ਸਿੰਘ ਪੰਡੋਰੀ ਦਾ ਹਲਕਾ, ਹਾਲਾਂਕਿ ਕੁਲਵੰਤ ਸਿੰਘ ਪੰਡੋਰੀ ਕਦੇ ਕਿਸੇ ਗੱਲ ਦੇ ਵਿੱਚ ਨਹੀਂ ਆਏ, ਪਰ ਉਹਨਾਂ ਦੇ ਆਪਣੇ ਹਲਕੇ ਚੋਂ ਕਈ ਬੰਦੇ ਅਸਤੀਫਾ ਦੇ ਗਏ, ਕਈ ਬੰਦੇ ਕਹਿੰਦੇ ਆ ਕਿ ਭਾਈ ਅਸੀਂ ਇਸ ਬੰਦੇ ਨੂੰ ਚੁਣਿਆ ਸੀ, ਇਹਨੂੰ ਖਹਿਰੇ ਦਾ ਸਾਥ ਦੇਣਾ ਚਾਹੀਦਾ ਸੀ।
ਪ੍ਰੈਸ਼ਰ ਤਕਰੀਬਨ ਆਮ ਆਦਮੀ ਪਾਰਟੀ ਦੇ ਹਰ ਵਿਧਾਇਕ ਤੇ ਹੈ, ਤੇ ਉਸ ਪ੍ਰੈਸ਼ਰ ਦੇ ਕਰਕੇ ਹੋ ਸਕਦਾ ਜਦ ਜੈਕਿਸ਼ਨ ਸਿੰਘ ਰੋੜੀ ਵਾਪਸ ਆਏ ਆ, ਭਗਤ ਸਿੰਘ ਇੱਕ ਦੋ ਤਿੰਨ ਹੋਰ ਜਿਹੜੇ ਆ ਸੁਖਪਾਲ ਸਿੰਘ ਖਹਿਰੇ ਦੇ ਹਵਾਲਾ ਜਾਣ, ਕਹਿੰਦੇ ਭੰਗੜਾ ਭਾਰੀ ਵੀ ਹੋ ਸਕਦਾ, ਕਿਉਂਕਿ ਕਿਸੇ ਨੂੰ ਉਮੀਦ ਨਹੀਂ ਸੀ ਜਦੋਂ ਬੰਦੇ ਕੁੱਲ ਮਿਲਾ ਕੇ ਸੱਤ ਰਹਿ ਗਏ ਨਾ ਬਠਿੰਡੇ ਵਾਲੀ ਕਨਵੈਨਸ਼ਨ ਚ, ਉਹਦੇ ਬਾਅਦ ਸਾਰੇ ਲੱਗਦੇ ਸੀ ਕਿ ਖਹਿਰੇ ਦੇ ਨਾਲ ਬੰਦਾ ਜੁੜਨਾ ਕੋਈ ਨੀ, ਖਹਿਰੇ ਦੇ ਨਾਲ ਬੰਦਾ ਕਿਰਨਾ, ਪਰ ਪਹਿਲਾ ਬੰਦਾ ਜਿਹੜਾ ਖਹਿਰੇ ਨਾਲ ਜੁੜ ਗਿਆ, ਕੁੱਲ ਬੰਦੇ ਇੱਥੇ ਅੱਠ ਹੋ ਗਏ, ਬਾਰਾਂ ਦੂਸਰੇ ਪਾਸੇ ਨੇ, ਦੂਸਰਿਆਂ ਦੇ ਵਿੱਚੋਂ ਬਾਰਾਂ ਚੋਂ ਵੀ ਇੱਕ ਫੂਲਕਾ ਸਾਹਿਬ ਤਾਂ ਕਿਸੇ ਪਾਸੇ ਚ ਨੀ, ਬੰਦੇ ਗਿਆਰਾਂ ਨੇ ਉੱਧਰ, ਤੇ ਜੇ ਹੁਣ ਕਿਤੇ ਇੱਕ ਦੀ ਅਦਲਾ ਬਦਲੀ ਹੋ ਗਈ ਤਾਂ ਤਕਰੀਬਨ ਮੈਚ ਜਿਹੜਾ ਬਰਾਬਰੀ ਦੇ ਉੱਤੇ ਫਸ ਜਾਣਾ ਸੰਭਾਵਨਾ ਪੂਰੀ ਹੈ। ਉਹਦਾ ਇੱਕ ਗੱਲ ਹੋਰ ਵੀ ਹੋਈ ਪਈ ਹੈ ਜੀ, ਆਪਣੇ ਵਾਲੇ ਪੱਤਰਕਾਰ ਭਾਈਚਾਰਾ ਦੇ ਵਿੱਚੋਂ ਇੱਕ ਹੋਰ ਪੱਤਰਕਾਰ ਹੈ ਮਨਜੀਤ ਬਿਲਾਸਪੁਰੀ, ਕੱਲ ਮੈਨੂੰ ਬਾਈ ਦੱਸਦੇ ਸੀਗੇ ਲੱਕੀ ਹੋਰੇ, ਕਹਿੰਦੇ ਉਥੋਂ ਵਾਲੇ ਲੋਕ ਵੀ ਕਹੀ ਜਾਂਦੇ ਜਿਤਾਇਆ ਤੈਨੂੰ ਅਸੀਂ ਫੰਡਿੰਗ ਕਰਕੇ ਸਿੱਟ ਪੈਸੇ। ਦੇਖੋ ਗੱਲ ਇਹ ਹੈ, ਮੈਂ ਸਾਰਿਆਂ ਦੇ ਨਾਂ ਇਸ ਕਰਕੇ ਨੀ ਲਿਆ ਕਿਉਂਕਿ ਮਨਜੀਤ ਸਿੰਘ ਬਿਲਾਸਪੁਰੀ ਵਿਚਾਰੀਆਂ ਠੋਕ ਵਜਾ ਕੇ ਸਾਹਮਣੇ ਨੀ ਆਏ, ਬਰਨਾਲੇ ਦਾ ਸਾਰੇ ਦਾ ਸਾਰਾ ਚਰਖਾ ਚੱਲ ਰਿਹਾ ਨਾ, ਉੱਥੇ ਦੇ ਵਿਧਾਇਕ ਵਿਚਾਰੇ ਬਹੁਤ ਪ੍ਰੈਸ਼ਰ ਚ ਨੇ, ਭਾਵੇਂ ਕੋਈ ਦਿੱਲੀ ਵਾਲਿਆਂ ਦੇ ਨਾਲ ਹੈ ਤੇ ਭਾਵੇਂ ਕੋਈ ਖਹਿਰਾ ਸਾਹਿਬ ਦੇ ਨਾਲ ਹੈ, ਸਾਰੇ ਵਿਧਾਇਕਾਂ ਦੇ ਉੱਤੇ ਅੰਦਰੋਂ ਪ੍ਰੈਸ਼ਰ ਬਹੁਤ ਹੈ, ਲੋਕਾਂ ਦਾ, ਐਨ ਆਰ ਆਈ ਦਾ, ਉਹ ਪ੍ਰੈਸ਼ਰ ਮੈਨੂੰ ਨੀ ਲੱਗਦਾ ਕਿ ਉਹ ਲੰਬਾ ਸਮਾਂ ਸਹਿਣ ਕਰ ਸਕਣਗੇ, ਇਸ ਕਰਕੇ ਉਹਨਾਂ ਨੂੰ ਮਾੜਾ ਮੋਟਾ ਆਪਣਾ ਪਾਸਾ ਜਿਹੜਾ ਉਹ ਬਦਲਣਾ ਪੈਣਾ ਹੀ ਹੈ ਦੇਰ ਸਵੇਰ। ਵੈਸੇ ਵੀ ਉਹ ਬੰਦੇ ਜਿਹੜੇ ਸਿੱਧੇ ਤੌਰ ਤੇ ਖਹਿਰਾ ਸਾਹਿਬ ਦੀ ਵਿਰੋਧ ਨੇ, ਇੱਕ ਵੀ ਬਿਆਨ ਤੁਸੀਂ ਸੁਣਿਆ ਨੀ ਹੋਏਗਾ, ਉਹਨਾਂ ਨੇ ਕਿਹਾ ਹੋਵੇ ਕਿ ਭਾਈ ਉਹ ਤੁਹਾਡਾ ਬਹੁਤ ਮਾੜਾ, ਉਹ ਅਜੇ ਤੱਕ ਵੀ ਕਿਤੇ ਨਾ ਕਿਤੇ ਮੀਡੀਏਟਰ ਦੀ ਭੂਮਿਕਾ ਨਿਭਾਉਣ ਦੀ ਚਾਹਵਾਨ ਨੇ। ਹੁਣ ਸੁਖਾ ਜੀ ਦੇਖੋ, ਜੋ ਰੋੜੀ ਹੋਰਾਂ ਨੇ ਇੱਕ ਗੱਲ ਹੋਰ ਕਹਿ ਦਿੱਤੀ ਜਿਹੜੀ ਬੜੀ ਇੰਪੋਰਟੈਂਟ ਹੈ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪਤਾ ਤੇ ਹੀ ਲੱਗਾ ਸੀ ਕਿ ਜਿਹੜੇ ਦੁਰਗੇਸ਼ ਪਾਠਕ ਸਾਹਿਬ ਨੇ ਉਹ ਰਿਸਰਚ ਵਗੈਰਾ ਕਰਨ, ਪੜ੍ਹਾਈ ਕਰਨ ਸ਼ਾਇਦ ਯੂਐਸ ਆ ਗਿਆ, ਇਹ ਰੌਲਾ ਪੈਂਦਾ ਸੀ, ਸਾਡੇ ਕੋਲ ਹੈ ਨੀ ਉਹਨਾਂ ਦਾ ਐਡਮਿਟ ਕਾਰਡ ਜਾਂ ਐਡਮਿਸ਼ਨ ਕਾਰਡ, ਉਹ ਗਏ ਕਿ ਨਹੀਂ ਗਏ, ਪਰ ਇਹ ਰੌਲਾ ਪੈਂਦਾ ਸੀ ਕਿ ਉਹ ਚਲੇ ਗਏ ਨੇ। ਪਰ ਹੁਣ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਦੋ ਬੰਦੇ ਨੇ ਦਿੱਲੀ ਦੇ ਵਿੱਚ, ਇੱਕ ਪੰਜਾਬੋਂ ਜਾਂਦਾ ਇੱਕ ਦਿੱਲੀ ਦਾ, ਉਹ ਦੋਵੇਂ ਪੰਜਾਬ ਦਾ ਫੈਸਲਾ ਕਰਦੇ ਆ, ਕੋਈ ਹੋਰ ਨੀ ਫੈਸਲਾ ਕਰਦਾ, ਉਹਨਾਂ ਨੇ ਇੱਕ ਦੁਰਗੇਸ਼ ਪਾਠਕ ਦਾ ਨਾਂ ਲਿਆ, ਦੂਜਾ ਗੈਰੀ ਵਰਿੰਗ ਦਾ ਲਿਆ, ਉਹ ਕਹਿੰਦੇ ਦੋਨੇ ਬੰਦੇ ਫੈਸਲੇ ਕਰਦੇ ਆ, ਪਰ ਪੰਜਾਬ ਦੇ ਫੈਸਲੇ ਪੰਜਾਬ ਸੁਣੇ ਚਾਹੀਦੇ, ਕਹਿੰਦੇ ਮੈਂ ਖਹਿਰਾ ਸਾਹਿਬ ਨਾਲ ਸਹਿਮਤ ਹਾਂ। ਹੁਣ ਚਰਚਾ ਇਸ ਮੁੱਦੇ ਤੇ ਵੀ ਚੱਲ ਪੈਣੀ, ਕਿਉਂਕਿ ਗੈਰੀ ਵਰਿੰਗ ਸਾਹਿਬ ਦੀ ਇੱਕ ਆਡੀਓ ਰਿਕਾਰਡਿੰਗ ਜਿਹੜੀ ਹੈ, ਉਹਨੇ ਤਾਂ ਕਿਹਾ ਸੀ ਖਹਿਰਾ ਸਾਹਿਬ ਦਾ ਕੱਦ ਆਪਾਂ ਘਟਾਉਣਾ ਹੈ, ਉਹ ਵੀ ਬੜੀ ਚਰਚਾ ਚ ਰਹੀ ਸੀ। ਹੁਣ ਦੂਸਰੇ ਪਾਸੇ ਅੱਜ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੇ ਇੱਕ ਐਲਾਨ ਹੋਰ ਕਰ ਦਿੱਤਾ, ਜਿਹਦੇ ਕਰਕੇ ਭਗਵੰਤ ਮਾਨ ਦੀ ਸਿਆਸੀ ਰਾਹ ਵੀ ਔਖੀ ਹੋਣੀ ਹੈ। ਉਹ ਕਹਿੰਦੇ ਕਿ ਜੇ ਭਗਵੰਤ ਮਾਨ ਸਾਹਿਬ ਨੂੰ ਸੂਬਾ ਪ੍ਰਧਾਨ ਬਣਾਇਆ ਵੀ ਜਾਂਦਾ ਨਾ, ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਕੰਵਰ ਸੰਧੂ ਜੀ ਕਹਿੰਦੇ ਕਿਉਂ ਨੀ ਪ੍ਰਵਾਨ ਕਰ ਸਕਦੇ, ਕਿਉਂਕਿ ਕਹਿੰਦੇ ਭਗਵੰਤ ਮਾਨ ਵੀ ਉਸੇ ਪੰਜਾਬ ਇਕਾਈ ਦਾ ਹਿੱਸਾ ਨੇ, ਜੇ ਇਸ ਇਕਾਈ ਨੂੰ, ਜੇ ਇਸ ਯੂਨਿਟ ਨੂੰ ਅਸੀਂ ਬਠਿੰਡੇ ਵਾਲੀ ਕਨਵੈਨਸ਼ਨ ਚ ਭੰਗ ਕਰ ਚੁੱਕੇ ਹਾਂ, ਵਰਕਰ ਭੰਗ ਕਰ ਚੁੱਕੇ ਹੈ, ਇਸ ਕਰਕੇ ਇਹਨੂੰ ਦੁਬਾਰਾ ਭਾਵੇਂ ਭਗਵੰਤ ਮਾਨ ਬਣ ਜਾਣ ਕੋਈ ਚੱਕਰ ਨਹੀਂ, ਪਰ ਹੁਣ ਕਿਉਂਕਿ ਢਾਂਚਾ ਭੰਗ ਹੋ ਚੁੱਕਿਆ, ਇਸ ਕਰਕੇ ਹਾਈਕਮਾਂਡ ਦੁਆਰਾ ਜੇ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਭੇਜਿਆ ਵੀ ਜਾਂਦਾ ਤੇ ਅਸੀਂ ਮਨਜ਼ੂਰ ਨਹੀਂ ਕਰਾਂਗੇ। ਇੱਕ ਹੋਰ ਵੀ ਹੈਰਾਨੀਜਨਕ ਗੱਲ, ਦੇਖੋ ਆਮ ਆਦਮੀ ਪਾਰਟੀ ਨੇ ਪਹਿਲਾਂ ਕਿਹਾ ਸੀ ਕਿ ਮਨੀਸ਼ ਸਿਸੋਦੀਆ ਸਾਹਿਬ ਆਉਣਗੇ 13 ਤਰੀਕ ਨੂੰ, ਅਸੀਂ ਕਨਵੈਨਸ਼ਨ ਕਰਨੀ ਹੈ, ਕਨਵੈਨਸ਼ਨ ਜਿਵੇਂ ਸੁਖਪਾਲ ਸਿੰਘ ਖਹਿਰਾ ਤੇ ਸਾਥੀਆਂ ਨੇ ਕੀਤੀ, ਪਰ ਹੁਣ ਉਸ ਕਨਵੈਨਸ਼ਨ ਨੂੰ ਹਾਲ ਦੀ ਕੜੀ ਮੀਟਿੰਗ ਚ ਤਬਦੀਲ ਕਰਤਾ, ਤੇ 13 ਤਰੀਕ ਨੂੰ ਕਨਵੈਨਸ਼ਨ ਨਹੀਂ, ਜਲੰਧਰ ਦੇ ਵਿੱਚ ਮੀਟਿੰਗ ਹੋਏਗੀ। ਤਾਂ ਮੀਟਿੰਗ ਦੇ ਵਿੱਚ ਆਪਣੇ ਬੰਦੇ ਆਉਂਦੇ ਹੁੰਦੇ ਨਾ, 500 ਆ ਜਾਣਗੇ, 400 ਆ ਜਾਣਗੇ, 1000 ਆ ਜਾਣਗੇ, ਬੜੀ ਹੱਦ ਜਿੰਨੇ ਅਹੁਦੇਦਾਰ ਨੇ ਉਹਨਾਂ ਨੂੰ ਵੀ ਸਕਣਾ। ਇਸ ਕਰਕੇ ਕਨਵੈਨਸ਼ਨ ਕਰਨ ਤੋਂ ਆਮ ਆਦਮੀ ਪਾਰਟੀ ਨੇ ਪੈਰ ਪਿਛਾਂਹ ਖਿੱਚਿਆ, ਤੇ ਬੜੀ ਚੁਸਤੀ ਦੇ ਨਾਲ ਦੋ ਮੀਟਿੰਗਾਂ ਦੋ ਕਨਵੈਨਸ਼ਨਾਂ ਦਾ ਐਲਾਨ ਕਰਤਾ। ਇੱਕ 15 ਅਗਸਤ ਨੂੰ ਈਸੜੂ ਵਾਲੇ ਪਿੰਡ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਚ ਜਿਹੜਾ ਪ੍ਰੋਗਰਾਮ ਹੁੰਦਾ ਉੱਥੇ, ਤੇ ਦੂਸਰਾ ਬਾਬੇ ਬਕਾਲੀ ਰੱਖੜ ਪੁੰਨਿਆ ਦੇ ਮੇਲੇ ਤੇ 26 ਅਗਸਤ ਨੂੰ। ਹੁਣ ਦੇਖੋ ਇਹਨਾਂ ਦੋਵਾਂ ਥਾਵਾਂ ਤੇ ਕਨਵੈਨਸ਼ਨ ਤਾਂ ਭਾਵੇਂ ਕੋਈ ਵੀ ਪਾਰਟੀ ਪੰਜਾਬ ਦੀ ਕਾਮਰੇਡੀ ਜਾ ਕੇ ਟੈਂਟ ਕੱਢ ਲੈਣ, ਭਰ ਵੀ ਜਾਣਾ ਕਿਉਂਕਿ ਗਰਮੀ ਹੈਗੀ ਹੈ, ਲੋਕ ਉੱਥੇ ਜਾਂਦੇ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ, ਲੋਕ ਜਦੋਂ ਘੰਟਾ ਦੋ ਘੰਟੇ ਉੱਥੇ ਘੁੰਮ ਫਿਰ ਕੇ ਥੋੜਾ ਥੱਕ ਜਾਂਦੇ, ਫਿਰ ਕਹਿੰਦੇ ਲੈ ਚੁਟਕਲੇ ਸੁਣੀਆਂ ਸਿਆਸੀ ਲੀਡਰਾਂ ਦੇ ਪੰਡਾਲ ਚ ਬਹਿ ਜਾਂਦੇ ਆ, ਉੱਥੇ ਤਾਂ ਪੰਡਾਲ ਭਰ ਹੀ ਜਾਣਾ, 5-4 ਹਜ਼ਾਰ ਬੰਦਾ ਤਾਂ ਉੱਥੇ ਉੱਦਾਂ ਹੀ ਆ ਜਾਣਾ। ਇਸ ਕਰਕੇ ਉਹ ਸੁਖਪਾਲ ਸਿੰਘ ਖਹਿਰਾ ਦੀ ਕੀਤੀ ਗਈ ਕਨਵੈਨਸ਼ਨ ਨਾਲ ਤੁਲਨਾ ਨਹੀਂ ਹੋ ਸਕਦੀ, ਜੇ ਕਹਿੰਦੇ 9-5 ਹਜ਼ਾਰਾਂ ਬੰਦੇ ਤਾਂ ਅਸੀਂ ਵੀ ਇਕੱਠੇ ਕਰ ਲਿਆ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਪੈਰ ਪਿਛਾਂਹ ਖਿੱਚਿਆ। ਇੱਥੇ ਗੱਲ ਹੋਰ ਕਹਿਤੀ ਖਹਿਰਾ ਸਾਹਿਬ ਨੇ, ਉਹ ਕਹਿੰਦੇ ਆਮ ਆਦਮੀ ਪਾਰਟੀ ਸਾਡੀ ਪਾਰਟੀ ਹੈ, ਆ ਜਿਹੜਾ ਕਹਿੰਦੇ ਪ੍ਰੋਗਰਾਮ ਰੱਖਿਆ ਨਾ ਜਲੰਧਰ ਵਾਲਾ 13 ਤਰੀਕ ਨੂੰ ਮੀਟਿੰਗ ਵਾਲਾ, ਅਸੀਂ ਤਾਂ ਸਾਰਿਆਂ ਨੇ ਜਾਣਾ, ਪਹਿਲਾਂ ਲੱਗਦਾ ਸੀ ਸ਼ਾਇਦ ਨਹੀਂ ਜਾਣਗੇ, ਫਿਰ ਕਹਿੰਦੇ ਇਸ ਰੂਪ ਦੇ ਵਿੱਚ ਕਾਨਫਰੰਸ ਆ, ਆਪਾਂ ਜਾਵਾਂਗੇ, ਅਸੀਂ ਕਿਉਂ ਨੀ ਜਾਣਾ। ਹੁਣ ਜੇ ਸੁਖਪਾਲ ਖਹਿਰਾ ਤੇ ਉਹਨਾਂ ਦੇ ਸਾਥੀ ਜਾਂਦੇ ਆ, ਭਾਲੇ ਬਣਨੀ ਆ ਕਿ ਭਾਈ ਇਹ ਪਾਰਟੀ ਤੋੜਨਾ ਨੀ ਚਾਹੁੰਦੇ, ਜੇ ਉਹਨਾਂ ਨੂੰ ਗਿਆਨ ਨੂੰ ਸਟੇਜ ਤੇ ਪਿੱਛੇ ਬਿਠਾਇਆ ਜਾਂਦਾ, ਜਾਂ ਸਮਾਂ ਨੀ ਦਿੱਤਾ ਜਾਂਦਾ, ਜਾਂ 1-1.5 ਜਾਂ 2 ਮਿੰਟ ਦਾ ਸਮਾਂ ਦਿੱਤਾ ਜਾਂਦਾ, ਲੋਕਾਂ ਚ ਕਿਤੇ ਨਾ ਕਿਤੇ ਹਮਦਰਦੀ ਪੈਦਾ ਹੋਊਗੀ ਕਿ ਭਾਈ ਆ ਦੇਖੋ ਇਹ ਜਾਣ ਬੁੱਝ ਕੇ ਬੰਦਿਆਂ ਨੂੰ ਪਿੱਛੇ ਕਰਦੇ ਆ, ਤੇ ਕਈ ਵਾਰੀ ਇਹ ਵੀ ਹੋ ਸਕਦਾ ਉਹਨੂੰ ਸਟੇਜ ਤੇ ਚੜ੍ਹਨ ਦਿੱਤਾ ਜਾਵੇ, ਜੇ ਥੱਲੇ ਵੀ ਬੈਠ ਜਾਣਗੇ ਨਾ ਤਾਂ ਵੀ, ਕਹਿਣ ਦਾ ਭਾਵ ਕਿ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਧੜੇ ਦੁਆਰਾ
ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਾਣ ਦਾ ਐਲਾਨ ਕਰਕੇ ਕਿਤੇ ਨਾ ਕਿਤੇ ਇੱਕ ਐਸਾ ਦਾਅ ਖੇਡ ਦਿੱਤਾ ਗਿਆ ਜਿਹਦੇ ਕਰਕੇ ਹੁਣ ਦਿੱਲੀ ਵਾਲੀ ਧਿਰ ਜਿਹੜੀ ਪੰਜਾਬ ਚ ਬਣ ਕੇ ਬੈਠੀ ਹੈ ਉਹਨਾਂ ਦੇ ਲਈ ਮਸਲਾ ਜਿਹੜਾ ਉਹ ਥੋੜਾ ਜਿਹਾ ਖਰਾਬ ਹੋਈ ਜਾਂਦਾ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਮਸਲਾ ਕਿੱਧਰ ਨੂੰ ਜਾਂਦਾ, ਪਰ ਜੈਕਿਸ਼ਨ ਸਿੰਘ ਰੋੜੀ ਦੇ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ ਆਉਣ ਤੋਂ ਬਾਅਦ ਉਮੀਦ ਹੈ ਕਿ ਦੋ ਤਿੰਨ ਦਿਨ ਬਾਅਦ ਇੱਕ ਅੱਧੇ ਐਮਐਲਏ ਦਾ ਪਟਾਕਾ ਇਧਰਲੇ ਪਾਸੇ ਨੂੰ ਹੋਰ ਜ਼ਰੂਰ ਪੈ ਜਾਊਗਾ ਜੀ। ਤੇ ਵਾਟ ਸਾਹਿਬ ਪਟਾਕਿਆਂ ਤੋਂ ਅਗਲੀ ਗੱਲ ਕਰ ਲਈਏ ਜੀ, ਪਿੱਪਲ ਦਾ ਪੱਤਾ ਤੋੜ ਕੇ ਪਤੰਗ ਉਡਾਵਾਂਗੇ ਕਹਿੰਦੇ, ਪਰ ਪਿੱਪਲ ਲਾ ਤਾਂ ਲਈਏ ਪਹਿਲਾਂ। ਨੰਨੀ ਸ਼ਾਂ ਨੇ ਹੁਣ ਛੇਤੀ ਛੇਤੀ ਪਿੱਪਲ ਲਾਉਣੇ ਸ਼ੁਰੂ ਕੀਤੇ, ਕਹਿੰਦੇ ਸ਼ਾਮਾਂ ਕਰਾਂਗੇ, ਬੋੜਾਂ ਦੀਆਂ ਪਿੱਪਲਾਂ ਦੀਆਂ ਲੋੜ ਹੈ ਇਹਦੀ। ਸੁਖਨੈਬ ਜੀ ਕੰਧ ਦੇ ਉੱਤੇ ਲਿਖਿਆ ਬੀਬੀ ਹਰਸਿਮਰਤ ਕੌਰ ਬਾਦਲ ਨੇ 5-6 ਮਹੀਨੇ ਪਹਿਲੇ ਪੜ੍ਹ ਲਿਆ ਸੀ ਜੀ, ਜਦੋਂ ਪਾਣੀ ਦੇ ਵਿੱਚ ਪੱਥਰ ਮਾਰ ਕੇ ਇੱਕ ਲਹਿਰ ਪੈਦਾ ਕੀਤੀ ਸੀ ਕਿ ਫਿਰੋਜ਼ਪੁਰੋਂ ਚੋਣ ਲੜਨਾ ਜੀ। ਬੜੀ ਵੱਡੀ ਪੱਧਰ ਤੇ ਆਲੋਚਨਾ ਹੋਈ ਸੀ ਕਿ ਬੀਬੀ ਜੀ ਤੁਸੀਂ ਕੇਂਦਰ ਦੇ ਕੈਬਨਿਟ ਮੰਤਰੀ ਹੋ, ਤੁਹਾਡੇ ਕੋਲ ਅਖਤਿਆਰ ਬਹੁਤ ਨੇ, ਇਹਦੇ ਬਾਵਜੂਦ ਵੀ ਜੇ ਤੁਸੀਂ ਹਲਕਾ ਛੱਡ ਕੇ ਜਾਓਗੇ ਤਾਂ ਲੋਕਾਂ ਦੇ ਵਿੱਚ ਬਿਲਕੁਲ ਨਾ ਪੱਖੀ ਪ੍ਰਭਾਵ ਜਾਊ ਜੀ। ਫਿਰ ਬੀਬੀ ਜੀ ਨੇ ਐਲਾਨ ਕਰਤਾ ਨਹੀਂ ਜੀ ਮੈਂ ਤਾਂ ਬਠਿੰਡੇ ਚੋਣ ਲੜੂ। ਹੁਣ ਜੇ ਬਠਿੰਡੇ ਚੋਣ ਲੜਨੀ ਆ ਤਾਂ ਸੁਖਨੈਬ ਜੀ ਸਿੱਟੀਆਂ ਪਹਿਲੀ ਵਰਗੀਆਂ ਨਹੀਂ, ਬੀਬੀ ਜੀ ਹੈਟ੍ਰਿਕ ਲਾਉਣਾ ਚਾਹੁੰਦੇ ਆ, ਜਿੱਤ ਦੇ ਅੱਜ ਤੱਕ ਉਹ ਹਾਰੇ ਨੀ ਕਦੇ। ਸੁਖਬੀਰ ਸਿੰਘ ਬਾਦਲ ਜ਼ਰੂਰ ਇੱਕ ਵਾਰੀ ਜਗਮੀਤ ਬਰਾੜ ਤੋਂ ਹਾਰ ਗਿਆ ਸੀ ਜੀ, ਬੀਬੀ ਜੀ ਹੈਟ੍ਰਿਕ ਲਾਉਣਾ ਚਾਹੁੰਦੇ ਪਰ ਹੈਟ੍ਰਿਕ ਲੱਗੇ ਕਿ ਨਹੀਂ। 2009 ਤੇ 2014 ਦੋ ਚੋਣਾਂ ਉਹਨਾਂ ਲੜੀਆਂ, ਦੋਵੇਂ ਜਿੱਤੀਆਂ, ਪਰ ਉਦੋਂ ਪੰਜਾਬ ਸੂਬੇ ਚ ਸਰਕਾਰ ਇਹਨਾਂ ਦੀ ਆਪਣੀ ਸੀ, ਆਪਣੀ ਕਾਹਦੀ, ਟੱਬਰ ਦੀ ਸੀ ਜੀ, ਰੇਸ਼ਨ ਕਾਰਡ ਵਾਲੀ ਸਰਕਾਰ, ਉਹ ਮੁੱਖ ਮੰਤਰੀ ਜੀ, ਉਹ ਮੁੱਖ ਮੰਤਰੀ ਤੇ ਪਤੀ ਦੇਵ ਜਿਹੜੇ ਨੇ ਉਪ ਮੁੱਖ ਮੰਤਰੀ ਗ੍ਰਹਿ ਮੰਤਰਾਲਾ ਉਹਨਾਂ ਦੇ ਕੋਲ, ਤੇ ਜਦੋਂ ਘਰ ਦੀ ਸਰਕਾਰ ਹੋਵੇ ਤਾਂ ਫਿਰ ਬੜੀ ਆਸਾਨੀ ਹੋ ਜਾਂਦੀ ਹੈ ਨਾ, ਕਿਉਂਕਿ ਅਜੇ ਤੱਕ ਵੀ 60-70 ਹਜ਼ਾਰ ਬੰਦੇ ਦਾ ਪਤਾ ਨੀ ਲੱਗਦਾ ਕਿ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਕਾਰਡ ਕਿਵੇਂ, ਕਿਹਨੇ ਕਿਉਂ ਕਿੱਦਾਂ ਬਣਾ ਕੇ ਦਿੱਤੇ ਸੀ, ਪਿਆ ਹੋਇਆ ਅਜੇ ਤੱਕ ਵੀ। ਚਲੋ ਐਤਕੀ ਸਰਕਾਰ ਹੈਗੀ ਹੈ ਕਾਂਗਰਸ ਦੀ ਬਿਲਕੁਲ ਉਲਟ ਪਾਸੇ ਦੀ, ਇੱਕ ਇਹ ਸਮੱਸਿਆ ਤੇ ਸਭ ਤੋਂ ਵੱਡੀ ਸਮੱਸਿਆ ਕਿ ਜਿਹੜੇ ਬਠਿੰਡੇ ਚੋਣ ਲੜਨੀ ਹੈ ਉਸ ਬਠਿੰਡੇ ਸ਼ਹਿਰੀ ਖੇਤਰ ਤੋਂ ਮਨਪ੍ਰੀਤ ਬਾਦਲ ਚੋਣ ਜਿੱਤ ਕੇ ਫਾਈਨਾਂਸ ਮਿਨਿਸਟਰ ਬਣਿਆ ਹੋਇਆ, ਉਹੀ ਤਾਂ ਆਪਣੇ ਆਪ ਦੀ ਸਮੱਸਿਆ ਹੀ ਹੈ, ਉਹ ਤਾਂ ਇੱਥੇ ਵੱਡੀ ਸਮੱਸਿਆ ਹੈ। ਤੇ ਇੱਕ ਕੇਂਦਰੀ ਮੰਤਰੀ ਜਿਹੜਾ ਉਹਦਾ ਦੌਰਾ ਇਸ ਕਰਕੇ ਰੱਦ ਹੋ ਗਿਆ ਸੀ ਕਿ ਉਹਨਾਂ ਨੂੰ ਮਨਪ੍ਰੀਤ ਬਾਦਲ ਨੂੰ ਨਾਲ ਬਿਠਾਉਣਾ ਪੈਣਾ ਸੀ ਤੇ ਬੀਬੀ ਬਾਦਲ ਚਾਹੁੰਦੇ ਨੀ ਸੀ, ਗਡਕਰੀ ਸਾਹਿਬ ਨਹੀਂ ਸੀ ਆਏ ਪਿਛਲੇ ਸਮੇਂ ਚ। ਹੁਣ ਤੀਸਰੀ ਗੱਲ, ਬੀਬੀ ਬਾਦਲ ਨੇ ਦਿੱਲੀ ਚ ਇੱਕ ਮੀਟਿੰਗ ਸੱਦੀ ਸੀ ਜਿਹਦੇ ਵਿੱਚ ਫੀਡਬੈਕ ਲੈਣ ਨੂੰ ਕਿਹਾ, ਉਹਦੇ ਤੋਂ ਬਾਅਦ ਬਹੁਤ ਸਾਰੇ ਫੰਡ ਬੀਬੀ ਜੀ ਦੇ ਕੋਲ ਅਣਵਰਤੇ ਪਏ ਆ, ਉਹਨਾਂ ਦੀਆਂ ਹੁਣ ਝੜੀਆਂ ਲੱਗਣੀਆਂ। ਉਹਦੇ ਤੋਂ ਅਗਲੀ ਗੱਲ ਨੰਨੀ ਸ਼ਾਨ ਦੀ, ਦੇਖੋ ਨੰਨੀ ਸ਼ਾਨ ਜਦੋਂ ਚਲਾਈ ਗਈ ਸੀ ਨਾ ਉਦੋਂ ਬੀਬੀ ਜੀ ਅਜੇ ਸਿਆਸਤ ਚ ਨਹੀਂ ਸੀ ਆਏ, ਨੰਨੀ ਸ਼ਾਨ ਦੇ ਕਰਕੇ ਚਰਚਾ ਚ ਆਏ, ਚਰਚਾ ਤੋਂ ਸਿਆਸਤ ਚ ਆ ਗਿਆ, ਮੁੜ ਕੇ ਨੰਨੀ ਸ਼ਾਨ ਚੁੱਪ ਕਰ ਗਈ। ਨੰਨੀ ਸ਼ਾਨ ਮੁੜ ਕੇ ਚੱਲਦੀ ਨੀ, ਬਹੁਤ ਹੌਲੀ ਹੌਲੀ ਕਿਤੇ ਚੱਲਦੀ ਨਹੀਂ ਚੱਲਦੀ, ਏਦਾਂ ਦਾ ਇੱਕ ਕੰਮ ਕਰ ਗਿਆ। ਸ਼ੁਰੂਆਤੀ ਦੌਰ ਚ ਤਿੰਨ ਟੀਚੇ ਸੀ, ਇੱਕ ਸਿਲਾਈ ਸੈਂਟਰ ਖੋਲਣੇ, ਦੂਜੇ ਬੂਟੇ ਬੰਨਣੇ ਤੇ ਤੀਸਰਾ ਧੀਆਂ ਦਾ ਸਨਮਾਨ ਕਰਨਾ, ਪਰ ਐਤਕੀ ਇਹਨਾਂ ਨੇ ਚੌਥਾ ਟੀਚਾ ਵੀ ਮਾਨਸਾ ਬਠਿੰਡੇ ਸ਼ੁਰੂ ਕਰ ਲਿਆ, ਬਾਕੀ ਪੰਜਾਬ ਦੇ ਜ਼ਿਲ੍ਹੇ ਰੁੱਖੇ ਪੈ ਖੁਸ਼ਕ ਸੁੱਕੇ, ਉੱਥੇ ਨੀ ਨੰਨੀ ਸ਼ਾਨ ਦਾ ਕੁਝ ਵੀ ਸਰਗਰਮ। ਪਰ ਬਠਿੰਡੇ ਦੇ ਮਾਨਸੇ ਦੇ ਵਿੱਚ ਬੀਬੀ ਜੀ ਨੇ ਨੰਨੀ ਸ਼ਾਨ ਤੀਰਥ ਯਾਤਰਾ ਸ਼ੁਰੂ ਕਰਤੀ, 3-4 ਮਹੀਨੇ ਹੋ ਗਏ, ਵੱਖ ਵੱਖ ਪਿੰਡਿਆਂ ਦੇ ਵਿੱਚ ਬੱਸਾਂ ਜਾਂਦੀਆਂ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਕੇ ਜਾਂਦੀਆਂ, ਪਰ ਬੀਬੀਆਂ ਨੂੰ ਰਹਿਣ ਦਾ ਖਰਚਾ, ਆਉਣ ਜਾਣ ਦਾ ਖਰਚਾ ਸਾਰਾ ਕੁਝ ਨੰਨੀ ਸ਼ਾਨ ਵਾਲਿਆਂ ਨੇ ਕਰਨਾ। ਵੈਸੇ ਉੱਥੇ ਅੰਮ੍ਰਿਤਸਰ ਦੇ ਵਿੱਚ ਤਾਂ ਪਤਾ ਲੱਗਿਆ ਕਿ SGPC ਵਾਲਿਆਂ ਨੇ ਇੱਕ AC ਹਾਲ ਪੱਕਾ ਹੀ ਬੁੱਕ ਕੀਤਾ ਕਿ ਉੱਥੇ ਨੰਨੀ ਸ਼ਾਨ ਦੀਆਂ ਬੀਬੀਆਂ ਰੱਖਣੀਆਂ ਜਿਹੜੀਆਂ ਆਉਂਦੀਆਂ ਨੇ ਰਾਤ, ਤੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਵਾਪਸੀ ਜਿਹੜੀ ਉਹ ਲੈ ਲੈਣੀ ਹੁੰਦੀ ਆ। ਪਤਾ ਇਹ ਵੀ ਲੱਗਿਆ ਕਿ ਬੜੀ ਛੇਤੀ ਮਹੀਨੇ ਕੁ ਦੇ ਅੰਦਰ ਅੰਦਰ ਬੱਸਾਂ ਦੀ ਗਿਣਤੀ ਵਧਾਈ ਜਾ ਰਹੀ ਹੈ, ਕਿਉਂਕਿ ਅਜੇ ਤੱਕ ਬਹੁਤ ਥੋੜੇ ਪਿੰਡ ਜਿਹੜੇ ਨੇ ਉਹਨਾਂ ਨੂੰ ਕਵਰ ਕਰ ਸਕੀਆਂ ਨੰਨੀ ਸ਼ਾਨ ਤੀਰਥ ਯਾਤਰਾ ਯੋਜਨਾ। ਚਲੋ ਦੇਖੋ ਉਹਨਾਂ ਨੇ ਕੰਮ ਕਰਨਾ, ਸਾਡੇ ਕਿਹੜਾ ਢਿੱਡ ਪੀੜ ਹੁੰਦੀ ਆ, ਪਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਕ ਗੱਲ ਚੇਤੇ ਰੱਖ ਲੈਣੀ ਚਾਹੀਦੀ ਹੈ, ਹੁਣ ਤੱਕ ਸਾਡੇ ਕੋਲ 3 ਉਦਾਹਰਨਾਂ ਨੇ ਜਿੱਥੇ ਤੀਰਥ ਯਾਤਰਾ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲਾਂ ਮੁਲਾਇਮ ਸਿੰਘ ਯਾਦਵ ਦੇ ਪੁੱਤ ਅਖਿਲੇਸ਼ ਯਾਦਵ ਨੇ UP ਚ ਕੰਮ ਸ਼ੁਰੂ ਕੀਤਾ ਸੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਜੀ, ਬੜੀ ਤੀਰਥ ਯਾਤਰਾ ਕਰਾਈ, ਬੜੇ ਪੈਸੇ ਧੇਲੇ ਖਰਚੇ, ਪਰ ਉਹ ਜਿਹੜੀ ਤੀਰਥ ਯਾਤਰਾ ਨਾ ਉਸ ਤੀਰਥ ਯਾਤਰਾ ਤੋਂ ਬਾਅਦ ਸੀਟਾਂ ਮਿਲੀਆਂ 2500 ਤੋਂ ਵੱਧ ਸੀਟਾਂ ਦੇ ਵਿੱਚੋਂ ਅਖਿਲੇਸ਼ ਯਾਦਵ ਦੇ ਹੱਥ 20 ਸੀਟਾਂ ਆਈਆਂ, ਇੰਨੀ ਕਰਾਰੀ ਹਾਰੀ। ਉਹਦੇ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਤੇ ਸਾਰਾ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਕਿੰਨੀ ਵੱਡੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ, ਚੱਲ ਵੀ ਰੇਲ ਗੱਡੀਆਂ ਭਰ ਕੇ ਹਜ਼ੂਰ ਸਾਹਿਬ, ਚੱਲ ਵੀ ਇਧਰਲੇ ਪਾਸੇ ਨੂੰ ਬੱਸਾਂ ਭਰ ਕੇ ਅੰਮ੍ਰਿਤਸਰ, ਹੋਰ ਹਰ ਇੱਕ ਧਰਮ ਦੇ ਲੋਕਾਂ ਨੂੰ ਤੀਰਥ ਯਾਤਰਾ ਕਰਾਈ, 1 ਕਰੋੜ ਰੁਪਈਆ ਬਾਦਲ ਸਾਹਿਬ ਨੇ ਇੱਥੇ ਖਰਚਿਆ। ਹੁਣ ਬੀਬੀ ਜੀ ਨੂੰ ਤਾਂ ਚੇਤਾ ਹੀ ਹੋਣਾ ਕਿ ਤੀਰਥ ਯਾਤਰਾ ਵੀ ਪਹਿਲੀ ਵਾਰੀ ਸ਼ੁਰੂ ਹੋਈ ਸੀ ਤੇ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਇਆ ਤਾਂ ਅਕਾਲੀ ਦਲ ਤੀਸਰੇ ਨੰਬਰ ਦੇ ਉੱਤੇ ਵੀ ਪਹਿਲੀ ਵਾਰੀ ਡਿੱਗਿਆ। ਇੱਕ ਤੀਰਥ ਯਾਤਰਾ ਜਿਹੜੀ ਆ ਰਾਜਸਥਾਨ ਦੇ ਵਿੱਚ ਚੱਲਦੀ ਹੈ, ਬੀਬੀ ਵਸੁੰਧਰਾ ਰਾਜੇ ਸਿੰਧੀਆ ਜੀ ਉਹ ਵੀ ਚਲਾਉਂਦੇ ਨੇ ਮੁੱਖ ਮੰਤਰੀ ਅਜੇ। ਚਲੋ ਵਿਧਾਨ ਸਭਾ ਦੀਆਂ ਚੋਣਾਂ ਉੱਥੇ ਥੋੜੀ ਦੇਰ ਨੂੰ ਹੋਣੀਆਂ,
ਪਰ ਜ਼ਿਮਨੀ ਚੋਣਾਂ ਦੇ ਵਿੱਚ ਬੀਬੀ ਵਸੁੰਧਰਾ ਰਾਜੇ ਸਿੰਧੀਆ ਦੇ ਮਨ ਪਸੰਦੀਦੇ ਜਿਹੜੇ ਕੈਂਡੀਡੇਟ ਨੇ ਬੀਜੇਪੀ ਦੇ, ਉਹਨਾਂ ਦੇ ਹਾਲਾਤ ਕਿਹੋ ਜਿਹੇ ਹੋਏ ਆਪਾਂ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਦੇ ਨਾਲ ਕਈ ਵਾਰ ਉਹਨਾਂ ਦੀ ਸਾਂਝ ਪਾਈ ਆ। ਸੋ ਦੇਖਦੇ ਹਾਂ ਕਿ ਪਹਿਲੀਆਂ ਤਿੰਨ ਸਕੀਮਾਂ ਤਾਂ ਫੇਲ ਨੇ, ਹੁਣ ਚੌਥੀ ਵਾਰੀ ਜਿਹੜੀ ਨੰਨੀ ਸ਼ਾਂ ਤੀਰਥ ਯਾਤਰਾ, ਇਹ ਕਿੰਨੇ ਕੁ ਚੰਗੇ ਤਰੀਕੇ ਦੇ ਨਾਲ ਸਫਲ ਹੁੰਦੀ ਆਉਣ ਵਾਲਾ ਸਮਾਂ ਦੱਸੂ। ਪਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਹੈ ਕਿ ਬਾਕੀ ਪੰਜਾਬ ਦੇ ਵਿੱਚ ਨੰਨੀ ਸ਼ਾਂ ਦੇ ਬੂਟੇ ਨੂੰ ਪੱਤੇ ਕਿਉਂ ਨੀ ਨਿਕਲ ਰਹੇ, ਕਰੂੰਬਲਾ ਕਿਉਂ ਨੀ ਨਿਕਲਦੀਆਂ, ਉਹ ਕੱਲੀ ਬਠਿੰਡੇ ਤੇ ਮਾਨਸਾ ਦੇ ਵਿੱਚ ਸੀਮਤ ਹੋ ਕੇ ਕਿਉਂ ਰਹਿ ਗਈ। ਇਹ ਸਵਾਲ ਬਹੁਤ ਸਾਰੇ ਮਨਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਤੂਫਾਨ ਜਿਹੜਾ ਮਚਾ ਜ਼ਰੂਰ ਹੈ, ਪਰ ਇਹਦਾ ਜਵਾਬ ਤਾਂ ਹੁਣ ਬਠਿੰਡੇ ਦੇ ਲੋਕਾਂ ਨੇ ਲੋਕ ਸਭਾ ਦੀ ਚੋਣ ਦੇ ਨਤੀਜੇ ਵੇਲੇ ਦੇਣਾ ਹੈ। ਜੀ, ਭਾਰਤ ਦੇ ਵਿੱਚ ਵਸਦੇ ਜਿਹੜੇ ਬੰਗਲਾਦੇਸ਼ੀ ਹੈ ਜੀ, ਕਹਿੰਦੇ ਹੁਣ ਉਹ ਚੋਣ ਮੁੱਦਾ ਬਣ ਜਾਣਗੇ, ਬਾਨਾ ਵੀ ਚਾਹੀਦਾ ਜੀ, ਹਾਈ ਬਹੁਤ ਸਾਰੇ ਬੇਵਤਨੇ ਹੋ ਗਏ। ਸੁਖਨਾਬ ਜੀ, ਬੜੀ ਕਮਾਲ ਦੀ ਗੱਲ ਹੈ। ਦੇਖੋ, ਇੱਕ ਪਾਸੇ ਤਾਰਾਂ ਮਾਰੀਆਂ ਜਾਂਦੀਆਂ ਜੀ, ਜਿਹੜੇ ਬੇਘਰੇ ਨੇ, ਬੇਦੇਸ਼ੀ ਨੇ, ਜਿਨ੍ਹਾਂ ਦੇ ਕੋਲ ਦੇਸ਼ ਹੀ ਕੋਈ ਨੀ, ਜਿਨ੍ਹਾਂ ਦੇ ਕੋਲ ਰਹਿਣ ਨੂੰ ਟਿਕਾਣਾ ਕੋਈ ਨੀ, ਅਸੀਂ ਉਹਨਾਂ ਦੇ ਹੱਕ ਦੇ ਵਿੱਚ ਤੀਸਰੀ ਦੁਨੀਆਂ ਦੇ ਮੋਢੀ ਦੇਸ਼ ਹੋਣ ਦੇ ਕਰਕੇ ਬੜਾ ਰੌਲਾ ਪਾਉਂਦੇ ਹਾਂ। ਦੂਸਰੇ ਪਾਸੇ ਆ 40 ਲੱਖ ਲੋਕਾਂ ਦਾ ਜਦੋਂ ਪਤਾ ਲੱਗਾ ਸੀ ਕਿ ਅਸਾਮ ਦੇ ਵਿੱਚ ਰਹਿੰਦੇ ਆ, ਹੈਗੇ ਭਾਰਤੀ ਨਹੀਂ ਤੇ ਬਹੁਤੇ ਬੰਗਲਾਦੇਸ਼ੀ ਹੋਣੇ, ਬੜਾ ਰੌਲਾ ਪੈ ਗਿਆ। ਪਰ ਹੁਣ ਅੰਕੜੇ ਸਾਹਮਣੇ ਆਇਆ ਕਿ ਅਸਲ ਵਿੱਚ ਰੌਲਾ 40 ਲੱਖ ਲੋਕਾਂ ਤੱਕ ਸੀਮਿਤ ਨਹੀਂ, ਬੰਗਲਾਦੇਸ਼ ਤੋਂ ਭਾਰਤ ਆ ਕੇ ਵਸਣ ਵਾਲੇ ਲੋਕਾਂ ਦੀ ਗਿਣਤੀ 2 ਕਰੋੜ ਤੋਂ ਵੀ ਟੱਪੀ ਹੋਈ ਹੈ ਤੇ ਅਸਾਮ ਦੇ ਗੁਆਂਢ ਦੇ ਵਿੱਚ ਪੱਛਮੀ ਬੰਗਾਲ ਸੂਬਾ, ਉੱਥੇ 55 ਲੱਖ ਤੋਂ ਵੱਧ ਬੰਗਲਾਦੇਸ਼ ਦੇ ਲੋਕ ਨੇ ਜਿਹੜੇ ਉੱਥੇ ਰਹਿੰਦੇ ਆ। ਠੀਕ ਹੈ, ਦੇਖੋ ਆਪਾਂ ਇਹ ਨੀ ਕਹਿੰਦੇ ਕਿ ਜੇ ਦੋ ਨੰਬਰ ਦੇ ਵਿੱਚ ਕੋਈ ਬੰਦਾ ਆ ਕੇ ਸਾਡੇ ਦੇਸ਼ ਚ ਰਹੇ ਤਾਂ ਉਹ ਬਹੁਤ ਵਧੀਆ ਜੀ। ਮਸਲਾ ਇੱਥੇ 2 ਨੰਬਰ ਚ ਆਉਣ ਦਾ ਨਹੀਂ, ਮਸਲਾ ਇਹ ਹੈ ਕਿ ਸਾਡੇ ਢਾਂਚੇ ਨੇ ਉਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਇੰਨਾ ਲੰਬਾ ਸਮਾਂ ਟਿਕਣ ਕਿਉਂ ਦਿੱਤਾ, ਕਿਉਂਕਿ ਅੱਜ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ, ਜਿਸ ਤਰੀਕੇ ਦਾ ਰੌਲਾ ਪੈ ਰਿਹਾ, ਜੀ ਦੇਸ਼ ਚੋਂ ਕੱਢਦੇ ਹੋ ਕਿ ਸਾਡੇ ਦੇਸ਼ ਦੇ ਨੀ ਬੰਦੇ, ਇਹ ਬਿਲਕੁਲ ਗੱਲ ਠੀਕ ਹੈ, ਸਾਡੇ ਦੇਸ਼ ਦੇ ਬੰਦੇ ਨਹੀਂ, ਪਰ ਜੇ ਕੱਢਣਾ ਸੀ ਜਦੋਂ ਆਏ 1 ਸਾਲ ਚ ਕੱਢ ਦਿੰਦੇ, 6 ਮਹੀਨੇ ਚ ਕੱਢ ਦਿੰਦੇ, 6 ਮਿੰਟਾਂ ਚ ਕੱਢ ਦਿੰਦੇ, ਬੜੀ ਅੱਜ 2 ਸਾਲਾਂ ਚ ਕੱਢ ਦਿੰਦੇ। ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਅਸੀਂ ਜਿੱਥੋਂ ਆਏ ਹਾਂ ਸਾਨੂੰ ਉੱਥੇ ਜਾ ਕੇ ਰਹਿਣਾ ਪਏਗਾ। ਸੁਖੈਬ ਜੀ, 45-45 ਸਾਲ ਹੋ ਗਿਆ ਪੰਜਾਬ ਭਾਰਤ ਦੇ ਵਿੱਚ ਆਇਆ ਨੂੰ, ਉਹਨਾਂ ਲੋਕਾਂ ਨੂੰ 45-45 ਸਾਲ, ਤੇ ਜਿਹੜਾ 45 ਸਾਲਾਂ ਦਾ ਆਇਆ ਹੋਏਗਾ ਉਹਨੂੰ ਤਾਂ ਮੈਨੂੰ ਲੱਗਦਾ ਉੱਪਰ ਦੀ ਦੁਨੀਆਂ ਚ ਗਏ ਨੂੰ ਵੀ 10 ਸਾਲ ਹੋ ਗਏ ਹੋਣੇ ਆ ਜੀ। ਸੈਂਕੜੇ ਨੀ, ਹਜ਼ਾਰਾਂ ਨੀ, ਲੱਖਾਂ ਲੋਕ ਜਿਹੜੇ ਨੇ ਉਹਨਾਂ ਦੇ ਬੱਚੇ ਭਾਰਤ ਚ ਜੰਮੇ ਨੇ, ਭਾਰਤ ਚ ਬਚਪਨ ਹੰਢਿਆ, ਭਾਰਤ ਚ ਜਵਾਨੀ ਚਾਹੇ ਤੇ ਅੱਧ ਖੜ ਉਮਰ ਦੇ ਉਹ ਵੀ ਹੋ ਗਏ ਆ, 40-40 ਸਾਲ ਦੇ ਤਾਂ ਹੋ ਗਏ ਕਈ ਦੇ ਭਾਰਤ ਚ ਜੰਮ ਕੇ, ਉਹਨਾਂ ਨੂੰ ਤਾਂ ਪਤਾ ਨੀ ਬੰਗਲਾਦੇਸ਼ ਕਿਹੜੀ ਸ਼ਹਿ ਆ, ਉੱਥੇ ਦੀ ਪੌਣ ਪਾਣੀ ਦੇ ਕੀ ਮਾਹੌਲ ਨੇ ਉਹਨਾਂ ਨੂੰ ਨੀ ਪਤਾ। ਦੇਖੋ, ਜਿਹੜਾ ਬੰਦਾ ਉਹ ਕਿਤੇ ਭੱਜ ਕੇ ਆਇਆ, ਆਪਣੇ ਦੇਸ਼ ਚੋਂ ਤਾਂ ਆਇਆ ਹੀ ਨਹੀਂ, ਉਹ ਤਾਂ ਜੰਮੇ ਇੱਥੇ ਆ ਕੇ, ਧਰਤੀ ਚੋਂ ਜਨਮੀ ਇੱਥੇ ਆ ਕੇ ਲਿਆ, ਤੇ ਜੇ ਹੁਣ ਕਿਸੇ ਨਾ ਕਿਸੇ ਪੋਲੀਟੀਕਲੀ ਪ੍ਰੈਸ਼ਰ ਦੇ ਕਰਕੇ ਜਾਂ ਕਿਸੇ ਵੀ ਸਰਕਮਸਟਾਂਸਿਸ ਦੇ ਕਰਕੇ ਉਹਨਾਂ ਲੋਕਾਂ ਨੂੰ ਭਾਰਤ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਨਾ, ਇਹ ਕਿਤੇ ਨਾ ਕਿਤੇ ਮਨੁੱਖਤਾ ਜਿਹੜੀ ਹੈ ਉਸ ਮੁੱਦੇ ਤੇ ਸਵਾਲ ਖੜੇ ਹੋਏਗੀ ਕਿ ਭਾਈ ਭਾਰਤ ਮਨੁੱਖੀ ਅਧਿਕਾਰਾਂ ਦਾ ਵੈਸੇ ਤਾਂ ਬੜਾ ਵੱਡਾ ਝੰਡਾ ਬਰਦਾਰ ਬਣਦਾ, ਇਹ ਗੱਲ ਕੀ ਹੋਈ? ਦੇਖੋ, ਉਹਨਾਂ ਲੋਕਾਂ ਦਾ ਕਸੂਰ ਕੀ ਹੈ? ਜਿਹੜੇ ਲੋਕ ਉੱਥੋਂ 2 ਨੰਬਰ ਦੇ ਵਿੱਚ ਆਏ ਕਸੂਰਵਾਰ ਨੇ, ਉਹਨਾਂ ਦੇ ਬੱਚਿਆਂ ਦਾ ਤਾਂ ਕੋਈ ਕਸੂਰ ਨੀ। ਇਹ ਵੀ ਜ਼ਰੂਰੀ ਨਹੀਂ ਕਿ 2 ਕਰੋੜ ਬੰਦਾ ਜਿਹੜਾ ਉਹ ਗੈਰ ਕਾਨੂੰਨੀ ਕੰਮ ਕਰਦਾ ਉਹ ਜਾਲੀ ਬੰਦੇ ਆ। ਠੀਕ ਹੈ, ਕੁਝ ਲੋਕ ਉਹਨਾਂ ਦੇ ਵਿੱਚੋਂ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਲੱਗੇ ਵੀ ਹੋਣਗੇ, ਪਰ ਇਹ ਸਾਡੇ ਢਾਂਚੇ ਦੀ ਅਸਫਲਤਾ ਹੈ ਜਿਹਦੇ ਕਰਕੇ ਏਡਾ ਵੱਡਾ ਮਸਲਾ ਪੈਦਾ ਹੋ ਗਿਆ। ਸੁਖਨੈਬ ਜੀ, 40 ਲੱਖ ਲੋਕਾਂ ਦਾ ਜਦੋਂ ਪਤਾ ਲੱਗਿਆ ਸੀ ਨਾ, ਤੇ ਉਹ NRC ਯਾਨੀ ਕਿ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਉਹਦੀਆਂ ਸ਼ਰਤਾਂ ਨੀ ਪੂਰੀਆਂ ਕਰਦੇ, ਉਦੋਂ ਲੱਗਾ ਸੀ ਕਿ ਬਹੁਤ ਵੱਡੀ ਗਿਣਤੀ ਹੈ, ਕਿੱਥੇ ਇਸ ਵੱਡੀ ਗਿਣਤੀ ਨੂੰ ਅਸੀਂ ਖਪਤ ਕਰਾਂਗੇ, ਕਿੱਥੇ ਇਹਨਾਂ ਨੂੰ ਵਸਾਵਾਂਗੇ, ਕਿਹੜਾ ਇਹਨਾਂ ਦਾ ਦੇਸ਼ ਹੋਏਗਾ। ਪਰ ਹੁਣ ਜਦੋਂ 2 ਕਰੋੜ ਪਤਾ ਲੱਗਾ, ਉਹਦੀਆਂ ਕਮਾਲਾਂ ਹੋ ਗਈਆਂ। ਮੈਨੂੰ ਲੱਗਦਾ ਕਿ ਦੁਨੀਆਂ ਦੇ 75% ਦੇਸ਼ ਜਿਹੜੇ ਨੇ ਉਹਨਾਂ ਦੀ ਕੁੱਲ ਆਬਾਦੀ ਵੀ 2 ਕਰੋੜ ਨਹੀਂ ਹੋਣੀ, ਜਿਹਨਾਂ ਨੂੰ ਅਸੀਂ ਦੇਸ਼ ਦੇ ਵਿੱਚ ਡੰਡੇ ਮਾਰ ਕੇ ਹੱਥਾਂ ਨੂੰ ਫਿਰ ਜਾਂਗੇ, ਭੱਜ ਓਏ, ਸਾਡਾ ਕੋਈ ਰੇਸ਼ ਨਹੀਂ। ਹੁਣ ਦੂਸਰੇ ਪਾਸੇ ਰੌਲਾ ਇਹ ਹੈ ਕਿ ਸ਼ਰਤਾਂ ਕੀ ਨੇ। ਦੇਖੋ, ਜਦੋਂ ਅਸਾਮ ਦੇ ਵਿੱਚੋਂ 40 ਲੱਖ ਲੋਕਾਂ ਦੀ ਗਿਣਤੀ ਸਾਹਮਣੇ ਆਈ ਸੀ ਨਾ, ਉਹਦੇ ਵਿੱਚ ਸੁਖਨੈਬ ਜੀ 3 ਸ਼ਰਤਾਂ ਸੀ। ਮੈਂ ਥੋੜਾ ਜਿਹਾ ਇਹ ਵੀ ਦੱਸਿਆ ਕਿ ਅਸਾਮ ਦੇ ਵਿੱਚ ਹੀ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨ ਦਾ ਕੰਮ ਕਿਉਂ ਚੱਲਦਾ। ਦੇਖੋ, ਅਸਾਮ ਨਾ ਭਾਰਤ ਦੇ ਵਿੱਚ ਥੋੜਾ ਜਿਹਾ ਵੱਖਰਾ ਸੂਬਾ ਜੀ। ਉਹਦਾ ਕਾਰਨ ਇਹ ਹੈ ਕਿ ਕਿਸੇ ਵੇਲੇ ਅਸਾਮ ਨੂੰ ਜਦੋਂ ਬ੍ਰਿਟਿਸ਼ ਸਰਕਾਰ ਸੀ ਇੱਥੇ, ਉਹਨਾਂ ਨੇ ਬੰਗਾਲ ਦੀ ਪ੍ਰੈਜ਼ੀਡੈਂਸੀ ਸ਼ਾਮਲ ਕਰ ਲਿਆ ਸੀ। ਅਸਾਮ ਦਾ ਆਪਣਾ ਵਜੂਦ ਉਹਨਾਂ ਨੇ ਖਤਮ ਹੀ ਕਰ ਦਿੱਤਾ ਸੀ। 1826 ਤੋਂ ਲੈ ਕੇ 1947 ਤੱਕ ਬ੍ਰਿਟਿਸ਼ ਅਧਿਕਾਰੀਆਂ ਨੇ ਚਾਹ ਦੇ ਬਾਗਾਂ ਦੇ ਲਈ ਬਹੁਤ ਸਸਤੇ ਮਜ਼ਦੂਰ ਲਿਆਂਦੇ। ਉਹ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਹੋਰ ਲੋਕ ਇੱਥੇ ਆ ਕੇ ਜਿਹੜੇ ਉਹ ਵੱਸ ਗਏ। ਉਹਦੇ ਤੋਂ ਬਾਅਦ ਜਦੋਂ 1947 ਚ ਦੇਸ਼ ਦਾ ਆਜ਼ਾਦੀ ਵਾਲਾ ਮਸਲਾ ਆਇਆ, ਫਿਰ ਰੌਲਾ ਪੈ ਗਿਆ। ਉਦੋਂ ਬਹੁਤ ਸਾਰੇ ਲੋਕ ਇੱਧਰਲੇ ਪਾਸੇ ਨੂੰ ਆਏ। ਜਦੋਂ 1971 ਦੇ ਵਿੱਚ ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਨਾਂ ਦਾ ਮੁਲਕ ਬਣਾਤਾ, ਉਦੋਂ ਬਹੁਤ ਸਾਰੇ ਲੋਕ ਭੱਜੇ, ਕਿਉਂਕਿ ਮਾਰ ਵਾਢੀ ਤਾਂ ਹੋਈ ਜਾਂਦੀ ਸੀ, ਪਤਾ ਨਹੀਂ ਸੀ ਲੱਗਦਾ ਮਾਵਾਂ ਪੁੱਤ ਨਹੀਂ ਸੀ ਸੰਭਾਲਦੀਆਂ। ਜਿਹਨੂੰ ਝੋਲਾ ਝਲਾ ਮਾੜਾ ਮੋਟਾ ਲੱਭਾ ਕੰਧ ਦੇ ਉੱਤੇ ਰੱਖ ਕੇ ਤਾਂ ਛਾਲ ਮਾਰ ਕੇ ਇੱਧਰਲੇ ਪਾਸੇ ਨੂੰ ਭੱਜਿਆ ਆ।
ਹੁਣ ਉੱਥੇ ਵੱਖਰੇ ਤਰ੍ਹਾਂ ਦਾ ਥੋੜਾ ਜਿਹਾ ਕੰਮ ਹੈ। ਦੇਖੋ ਜਦੋਂ 1971 ਦੇ ਵਿੱਚ ਬੰਗਲਾਦੇਸ਼ ਬਣਿਆ ਬੜੇ ਲੋਕ ਇੱਧਰ ਆਏ, ਤੇ ਫਿਰ 1979 ਤੋਂ ਲੈ ਕੇ 85 ਤੱਕ 6 ਸਾਲ ਡੱਟ ਕੇ ਵਿਰੋਧ ਹੋਇਆ, ਹਜ਼ਾਰਾਂ ਲੋਕਾਂ ਦੀ ਜਾਨ ਗਈ। ਉਦੋਂ ਮੁਹਿੰਮ ਚੱਲੀ ਸੀ ਕੱਢੋ ਇਹਨਾਂ ਨੂੰ ਬਾਹਰ। ਰਾਜੀਵ ਗਾਂਧੀ ਸਾਹਿਬ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਸਮਝੌਤਾ ਕੀਤਾ ਆਸਾਮ ਦੀਆਂ ਜਥੇਬੰਦੀਆਂ ਨਾਲ ਕਿ ਭਾਈ ਅਸੀਂ ਪਹਿਚਾਣ ਕਰਕੇ ਇਹਨਾਂ ਨੂੰ ਬਾਹਰ ਕੱਢ ਦਿਆਂਗੇ। ਪਰ ਕੀ ਨੇ ਕਰਨਾ ਸੀ ਮੁੜ ਕੇ 85 ਤੋਂ ਬਾਅਦ 95, 2005, 2015, ਹੁਣ ਜਾ ਕੇ ਸੁਪਰੀਮ ਕੋਰਟ ਦੇ ਹੁਕਮਾਂ ਤੇ NRC ਦਾ ਡਰਾਫਟ ਆਇਆ, ਉਹਦੇ ਵਿੱਚ 40 ਲੱਖ ਲੋਕਾਂ ਦੀ ਪਹਿਚਾਣ ਹੋਈ, ਕੁੱਲ ਮਿਲਾ ਕੇ ਲੋਕ 2 ਕਰੋੜ ਹੋ ਗਏ। ਹੁਣ ਜਿਹੜਾ ਆਸਾਮ ਦੇ ਵਿੱਚ ਇਹ ਸਰਵੇਖਣ ਕਹਿ ਲਓ ਰਜਿਸਟ੍ਰੇਸ਼ਨ ਹੋਈ ਸੀ, ਉਹਦੇ ਵਿੱਚ ਸੁਖਰੈਵ ਜੀ 3 ਸ਼ਰਤਾਂ ਸੀ। ਪਹਿਲੀ ਸ਼ਰਤ ਇਹ ਕਿ ਜੇ ਕੋਈ ਬੰਦਾ ਸਾਬਿਤ ਕਰਦਾ ਕਿ ਮੈਂ 1966 ਤੋਂ ਪਹਿਲਾਂ ਦਾ ਇੱਥੇ ਰਹਿੰਦਾ, ਭਾਵੇਂ ਉਹ ਬੰਗਲਾਦੇਸ਼ੀ ਹੈ, ਕੋਈ ਵੀ ਹੈ, ਉਹ ਭਾਰਤ ਦਾ ਨਾਗਰਿਕ। ਜਿਹੜਾ ਬੰਦਾ 1 ਜਨਵਰੀ 1966 ਤੋਂ 25 ਮਾਰਚ 1971 ਦੇ ਵਿੱਚ ਇੱਥੇ ਆ ਗਿਆ, ਉਹਨੇ ਰਜਿਸਟ੍ਰੇਸ਼ਨ ਜੇ ਕਰਾ ਲਈ ਹੈ, ਉਹਦੇ ਲਈ ਸ਼ਰਤ ਇਹ ਸੀ ਕਿ ਸਿਟੀਜ਼ਨ ਬਣ ਜੂ, 10 ਸਾਲ ਭਾਰਤ ਦੇ ਲਈ ਵੋਟ ਨਹੀਂ ਪਾ ਸਕਦਾ, 11 ਸਾਲ ਆ ਕੇ ਉਹਦੀ ਵੋਟ ਬਣੋ। ਇਸੇ ਪਾਸੇ ਜਿਹੜੇ ਲੋਕ 25 ਮਾਰਚ 1971 ਤੋਂ ਬਾਅਦ ਆਏ ਆ, ਉਹਨਾਂ ਦੇ ਲਈ ਕੋਈ ਰਾਹ ਨਹੀਂ ਸੀ ਕਿ ਭਾਈ ਤੁਸੀਂ ਬਿਲਕੁਲ ਵੀ ਭਾਰਤ ਦੇ ਨਾਗਰਿਕ ਨਹੀਂ ਬਣ ਸਕਦੇ। ਤੇ 40 ਲੱਖ ਲੋਕ ਜਿਹੜੇ ਆ ਜਿਹਨਾਂ ਨੂੰ ਰਜਿਸਟਰਡ ਨਹੀਂ ਕੀਤਾ ਗਿਆ, ਇਹ ਬੰਦੇ 1971 ਤੋਂ ਪਹਿਲਾਂ ਭਾਰਤ ਦੀ ਧਰਤੀ ਤੇ ਆ ਗਏ ਆ, ਇਸ ਗੱਲ ਦਾ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕੇ। ਚਲੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਗੱਲ ਕਿੱਧਰ ਜਾਂਦੀ ਹੈ, ਪਰ ਇਹ ਮਸਲਾ ਬੜਾ ਵੱਡਾ। ਦੇਖੋ ਉੱਥੋਂ ਦੀ ਇੱਕ ਸਾਬਕਾ ਮੁੱਖ ਮੰਤਰੀ ਸਈਦਾ ਤੈਮੂਰ, 1980 ਚ ਬਣੀ ਸੀ, ਉਹ ਬੀਬੀ ਦਾ ਨਾਂ ਵੀ ਹੈ ਨੀਗਾ, ਰਿਟਾਇਰਡ ਆਰਮੀ ਆਫਿਸਰ ਹੈ ਅਜਮਲ ਹੱਕ, ਉਹ 30 ਸਾਲ ਭਾਰਤੀ ਫੌਜ ਦੇ ਵਿੱਚ ਕੰਮ ਕਰਦਾ ਰਿਹਾ, ਵੱਡੇ ਅਹੁਦੇ ਤੇ ਰਿਹਾ, ਉਸ ਬੰਦੇ ਦਾ ਨਾਂ ਹੈ ਨੀ, ਉਹਦੇ ਮੁੰਡੇ ਕੁੜੀ ਦਾ ਨਾਂ ਹੈ ਨੀ। ਦੇਖੋ ਇੱਕ ਮੁੱਖ ਮੰਤਰੀ ਬੀਬੀ ਬਣ ਗਈ ਜੀ, ਉਹ ਭਾਰਤ ਦੀ ਨਾਗਰਿਕ ਨੀ, ਉਹਨੂੰ ਚੋਣ ਲੜਨ ਦਾ ਅਧਿਕਾਰ ਕਿਹਨੇ ਦਿੱਤਾ? ਉਹ ਸਾਲ ਸਵਾ ਸਾਲ ਆਸਾਮ ਦੀ ਮੁੱਖ ਮੰਤਰੀ ਦੇ ਤੌਰ ਤੇ ਬਹੁਤ ਸੰਵੇਦਨਸ਼ੀਲ ਅਹਿਮ ਡਿਸੀਜਨ ਲੈਂਦੀ ਰਹੀ, ਤੁਹਾਨੂੰ ਤਾਂ ਪਤਾ ਨੀ ਲੱਗਾ, ਭਾਰਤ ਦੀ ਫੌਜ ਉਹਦੇ ਵਿੱਚ ਬੰਦਾ 30 ਸਾਲ ਕੰਮ ਕਰਦਾ, ਜੇ ਉਹ ਭਾਰਤ ਦਾ ਨਾਗਰਿਕ ਹੀ ਨੀ ਸੀ, ਜੇ ਤੁਸੀਂ ਆਖਿਰਕਾਰ ਆ ਕੇ ਇੱਦਾਂ ਦੇ ਕੰਮ ਕਾਰ ਕਰਨੇ ਸੀ, ਉਹ ਬੰਦੇ ਨੂੰ ਭਾਰਤੀ ਫੌਜ ਦੇ ਮਹੱਤਵਪੂਰਨ ਅਹੁਦੇ ਤੇ ਤੁਸੀਂ ਪਹੁੰਚਾ ਕਿਵੇਂ ਦਿੱਤਾ? ਇਹਦੇ ਤੋਂ ਇਲਾਵਾ 4 ਮੌਜੂਦਾ ਵਿਧਾਇਕ ਨੇ, ਇੱਕ ਬੀਜੇਪੀ ਦਾ ਵੀ ਹੈਗਾ ਉਹਦੇ ਵਿੱਚ, ਉਹ ਬੀਜੇਪੀ ਦਾ ਵਿਧਾਇਕ ਵੀ ਰਜਿਸਟਰਡ ਨੀ ਹੈਗਾ, ਉਹ ਵੀ ਉਸ ਪਰਿਵਾਰ ਦੇ ਵਿੱਚ ਸ਼ਾਮਿਲ ਹੈ ਜਿਹੜਾ ਆਪਣੇ ਆਪ ਨੂੰ 1971 ਤੋਂ ਬਾਅਦ ਵਿੱਚ ਜਾਂ ਪਹਿਲਾਂ ਦੇ ਵਿੱਚ ਆਇਆ ਸਾਬਿਤ ਹੀ ਨਹੀਂ ਕਰ ਸਕਿਆ। ਸੋ ਕੁੱਲ ਮਿਲਾ ਕੇ ਇਹ 2 ਕਰੋੜ ਲੋਕ ਨੇ। ਦੇਖੋ ਆਪਾਂ ਨੀ ਕਹਿੰਦੇ ਕਿ ਗੈਰ ਕਾਨੂੰਨੀ ਤਰੀਕੇ ਜੀ ਅਸੀਂ ਕਹਿੰਦੇ ਨਾ ਬਾਹਰ ਨਾ ਜਾਓ, ਤਾਂ ਇੱਥੇ ਆਉਣਾ ਵੀ ਕਹਿੰਦਾ ਠੀਕ ਹੈ, ਨਹੀਂ ਆਉਣਾ ਚਾਹੀਦਾ, ਪਰ ਜਿਹੜੇ ਆ ਗਏ ਅਸੀਂ ਉਹਨਾਂ ਨੂੰ 6 ਮਹੀਨਿਆਂ ਚ ਸਾਲ ਚ 2 ਸਾਲਾਂ ਚ ਵਾਪਸ ਕਰ ਦਿੰਦੇ, ਗੱਲ ਵੱਖਰੀ ਸੀ। ਪਰ ਹੁਣ 45-50 ਸਾਲਾਂ ਦੇ ਬਾਅਦ ਨਾ ਉਧਰ ਦੇ ਰਹਿਣਾ ਨਾ ਉਹਨਾਂ ਨੇ ਇੱਧਰ ਦੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ, ਪਰ ਕੁਝ ਹਮਦਰਦੀ ਦਾ ਲਵਾਦਾ ਜਿਹੜਾ ਉਸ ਫੈਸਲੇ ਦੇ ਉੱਪਰ ਚੜਿਆ ਹੋਣਾ ਚਾਹੀਦਾ ਹੈ ਜੀ। ਵੜ ਸਾਹਿਬ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਆਪਾਂ ਅਗਲੀਆਂ ਗੱਲਾਂ ਨੂੰ ਜਾਰੀ ਰੱਖਾਂਗੇ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ। ਵੜ ਸਾਹਿਬ, ਆਪ ਦੇ ਝਗੜੇ ਕਰਕੇ ਪੰਜਾਬ ਦੇ ਵਿੱਚ ਅਕਾਲੀ ਦਲ ਆ ਕਹਿੰਦੇ ਜੀ ਗਾਰਡਨ ਗਾਰਡਨ ਹੋਇਆ ਫਿਰਦਾ। ਸੁਖਨਾਥ ਜੀ, ਦੇਖੋ ਅਕਾਲੀ ਦਲ ਨੇ ਪਿਛਲੇ 1.25 ਸਾਲ ਦੇ ਵਿੱਚ ਕਾਂਗਰਸ ਦੇ ਨਾਲ ਲੜਾਈ ਨਹੀਂ ਲੜੀ ਜੀ। ਉਹਨਾਂ ਨੂੰ ਪਤਾ ਕਿ ਪਹਿਲਾਂ ਸਾਨੂੰ ਸੈਮੀਫਾਈਨਲ ਖੇਡਣਾ ਪੈਣਾ, ਫਾਈਨਲ ਚ ਅਸੀਂ ਬਾਅਦ ਚ ਜਾਣਾ ਜੀ। ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਦੱਸਤਾ ਸੀ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਤੋਂ ਵੀ ਪਛੜ ਗਿਆ। ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਆਪਣਾ ਸਿਆਸੀ ਤੌਰ ਤੇ ਯੁੱਧ ਲੜਨਾ ਸ਼ੁਰੂ ਕੀਤਾ, ਤੇ 3 ਚੋਣਾਂ ਦੇ ਨਤੀਜਿਆਂ ਨੇ ਦੱਸ ਦਿੱਤਾ ਸੀ ਕਿ ਅਕਾਲੀ ਦਲ ਪਹਿਲੇ ਯੁੱਧ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਚ ਕਾਮਯਾਬ ਰਿਹਾ, ਉਹ ਫਾਈਨਲ ਚ ਆ ਗਿਆ ਜੀ। ਗੁਰਦਾਸਪੁਰ ਦੀ ਚੋਣ ਅਕਾਲੀ ਭਾਜਪਾ ਨੇ ਹਾਰੀ, ਪਰ ਹਾਰ ਕੇ ਵੀ ਜਿੱਤੀ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਪਿਛਾਂਹ ਰਹਿ ਗਈ ਸੀ। ਉਹਦੇ ਤੋਂ ਬਾਅਦ ਸ਼ਾਹਕੋਟ ਵਾਲੀ ਚੋਣ ਹੈ ਜੀ, ਸ਼ਾਹਕੋਟ ਦੀ ਚੋਣ ਦੇ ਵਿੱਚ ਵੀ ਅਕਾਲੀ ਭਾਵੇਂ ਹਾਰ ਗਏ, ਪਰ ਹਾਰ ਕੇ ਵੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਆਪਣੇ ਆਪ ਨੂੰ ਜਿੱਤੀ ਇਸ ਕਰਕੇ ਮਹਿਸੂਸ ਕਰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਪੱਲੇ ਉੱਥੇ ਰਿਹਾ ਹੀ ਕੱਖ ਨੀ। ਪੰਜਾਬ ਦੇ ਸ਼ਹਿਰਾਂ ਦੀਆਂ ਵੋਟਾਂ ਪਈਆਂ, ਉਹ ਪੰਜਾਬ ਦੇ ਸ਼ਹਿਰਾਂ ਦੇ ਵਿੱਚੋਂ ਬਹੁਤੇ ਸ਼ਹਿਰ ਇੱਦਾਂ ਦੇ ਸੀ ਜਿੱਥੇ ਆਮ ਆਦਮੀ ਪਾਰਟੀ ਦਾ ਖਾਤਾ ਹੀ ਨਹੀਂ ਖੁੱਲ੍ਹਿਆ। ਇੱਕ ਵਾਰੀ ਤਾਂ ਖਹਿਰਾ ਸਾਹਿਬ ਦੇ ਖਲਕੇ ਚੋਂ ਇੱਕ ਅੱਧਾ ਬੰਦਾ ਜਿੱਤਿਆ ਸੀ, ਬਾਕੀ ਸਾਰੇ ਪਾਸੇ ਗੋਲਾਂਡਾ ਜੀ। ਅਕਾਲੀਆਂ ਨੇ ਫਿਰ ਵਿੱਚ ਵਿਚਾਲੇ ਖਾਤਾ ਖੋਲਿਆ ਸੀ। ਕਹਿਣ ਦਾ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਦੇ ਵਿੱਚ ਇਸ ਗੱਲ ਦੇ ਲਈ ਬਿਲਕੁਲ ਵੀ ਗੰਭੀਰਤਾ ਨਹੀਂ ਸੀ ਵਿਖਾਉਂਦਾ ਕਿ ਕਾਂਗਰਸ ਪਾਰਟੀ ਦੀ ਸੂਬਾ ਸਰਕਾਰ ਕੀ ਕਰਦੀ ਹੈ। ਅਕਾਲੀ ਦਲ ਦੀ ਸਾਰੀ ਗੰਭੀਰਤਾ ਇਧਰਲੇ ਪਾਸੇ ਸੀ ਕਿ ਆਮ ਆਦਮੀ ਪਾਰਟੀ ਕੀ ਨਹੀਂ ਕਰਦੀ। ਸੋ ਆਮ ਆਦਮੀ ਪਾਰਟੀ ਜੇ ਥੱਲੇ ਲੱਗਦੀ ਹੈ, ਅਕਾਲੀ ਦਲ ਨੂੰ ਪਤਾ ਕਿ ਫਿਰ ਜਿਹੜਾ ਵੋਟਰ ਸਾਡੇ ਤੋਂ ਟੁੱਟ ਕੇ ਗਿਆ ਆਮ ਆਦਮੀ ਪਾਰਟੀ ਵੱਲ, ਹੋ ਸਕਦਾ ਕਿ ਕੁਝ ਹੱਦ ਤੱਕ ਸਾਡੇ ਕੋਲ ਵਾਪਸ ਆ ਜਾਏ। ਜਦੋਂ ਜਦੋਂ ਵੀ ਆਮ ਆਦਮੀ ਪਾਰਟੀ ਵਾਲੇ ਲੜਦੇ ਆ,
ਇਹਨਾਂ ਦੇ ਘਰ ਦੇ ਵਿੱਚੋਂ ਭਾਂਡੇ ਚੀਂਡੇ ਖੜਕਣ ਦੀਆਂ ਜਦੋਂ ਵੀ ਆਵਾਜ਼ਾਂ ਆਉਂਦੀਆਂ ਤਾਂ ਫਿਰ ਗੁਆਂਢਣ ਬੀਬੀਆਂ ਨੂੰ ਉਧਰ ਵੀ ਰਸੋਈ ਦੇ ਵਿੱਚ ਮੁਸਕਰਾਹਟ ਜਿਹੜੀ ਹੈ ਗੁਆਂਢ ਦੇ ਵਿੱਚ ਉਹ ਸਾਨੂੰ ਆਮ ਦਿਸਣ ਲੱਗ ਪੈਂਦੀ ਹੈ। ਹੁਣ ਅਕਾਲੀ ਦਲ ਵਾਲਿਆਂ ਨੇ ਜਦੋਂ ਇਹ ਵੇਖ ਲਿਆ ਕਿ ਭਾਈ ਦੋ ਧੜਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੰਡੀ ਗਈ ਸਾਡੀਆਂ ਪੌਂਵਾਰਾਂ, ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਲਾਉਣੇ ਛੱਡ ਦਿੱਤੇ, ਨਿਸ਼ਾਨੇ ਲਾ ਰਹੇ ਉਹ ਖਹਿਰਾ ਸਾਹਿਬ ਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਉਹਦਾ ਸਾਡਾ ਕੱਖ ਨਹੀਂ ਵਿਗਾੜ ਸਕਦੀ, ਪਰ ਜੇ ਸੁਖਪਾਲ ਸਿੰਘ ਖਹਿਰਾ ਇਹਨਾਂ ਦੇ ਨਾਲ ਹੀ ਹੈਗਾ, ਉਹਦੇ ਕੋਲ ਬੜਾ ਮਟੀਰੀਅਲ ਹੈ, ਉਹ ਅਕਾਲੀ ਦਲ ਨੂੰ ਗਾਹੇ ਬਗਾਹੇ ਘੇਰੇਗਾ ਜ਼ਰੂਰ। ਇਸ ਕਰਕੇ ਤੁਸੀਂ ਪਿਛਲੇ ਚਾਰ ਪੰਜ ਸੱਤ ਦਿਨਾਂ ਦੇ ਬਿਆਨ ਦੇਖੋ, ਆਉਣ ਵਾਲੇ ਸਮੇਂ ਚ ਵੀ ਵੇਖਿਓ ਕਿ ਅਕਾਲੀ ਦਲ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਦੇ ਹੈ ਹੀ ਨਹੀਂ, ਸਿੱਧਾ ਨਿਸ਼ਾਨਾ ਸੁਖਪਾਲ ਸਿੰਘ ਖਹਿਰਾ ਤੇ ਹੈ। ਉਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਦੇ ਮੋਢਿਆਂ ਤੇ ਬਹੁਤ ਕੁਝ ਟਿਕਿਆ ਹੋਇਆ, ਇੱਥੋਂ ਤੱਕ ਕਿ ਅਕਾਲੀ ਦਲ ਦੇ ਐਸਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਲੜੀਕੇ, ਆਦਮਪੁਰ ਤੋਂ MLA ਪਵਨ ਕੁਮਾਰ ਟੀਨੂ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਹੋਰ ਤਿੰਨੇ ਬੰਦੇ ਜਿਹੜੇ ਐਸਸੀ ਵਿੰਗ ਦੇ ਅਕਾਲੀ ਦਲ ਦੇ ਆ, ਉਹ ਕਹਿੰਦੇ ਜੀ ਖਹਿਰਾ ਸਾਹਿਬ ਨੇ ਤਾਂ ਦਲਿਤ ਵਿਰੋਧੀ ਟਿੱਪਣੀਆਂ ਕੀਤੀਆਂ, ਦਲਿਤ ਵਿਰੋਧੀ ਇਹਨਾਂ ਦੀ ਸੋਚ ਹੈ, ਅਕਾਲੀ ਦਲ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰੂ। ਦੇਖੋ ਰੌਲਾ ਉਹਦਾ ਆਪਸ ਘਰ ਚ ਹੈ, ਇਹਦੇ ਪਾਸੇ ਗੁਆਂਢੀ ਐਵੇਂ ਡਾਂਗ ਚੱਕੀ ਫਿਰਦੇ, ਪਰ ਅਸਲ ਚ ਅਕਾਲੀ ਦਲ ਨੂੰ ਪਤਾ ਹੈ ਕਿ ਦੋਸ਼ ਪਹਿਲਾਂ RSS ਨਾਲ ਰਲੇ ਹੋਣ ਦਾ ਲੱਗ ਗਿਆ ਖਹਿਰੇ ਦਾ, ਫਿਰ ਔਰਤ ਵਿਰੋਧੀ ਹੋਣ ਦਾ ਦੋਸ਼ ਲੱਗ ਗਿਆ, ਹੁਣ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾ ਦਈਏ ਤੇ ਸ਼ਾਇਦ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਕਦੇ ਉੱਠ ਹੀ ਨਹੀਂ ਸਕੇਗਾ। ਇਹ ਕੁਝ ਇੱਕ ਲੀਡਰਾਂ ਦਾ ਮੰਨਣਾ ਹੈ। ਹੁਣ ਇਹ ਵੀ ਕਹਿ ਦਿੱਤਾ ਗੁਲਜ਼ਾਰ ਸਿੰਘ ਨੀਕੇ ਨੇ, ਕਹਿੰਦੇ ਜੇ ਤਾਂ ਦਲਿਤ ਭਾਈਚਾਰੇ ਤੋਂ ਮਾਫੀ ਮੰਗ ਲਈ ਸੁਖਪਾਲ ਸਿੰਘ ਖਹਿਰਾ ਤਾਂ ਠੀਕ ਹੈ, ਨਹੀਂ ਤਾਂ ਅਸੀਂ ਸੁਖਪਾਲ ਖਹਿਰਾ ਦਾ ਹਰ ਪਾਸੇ ਘਰਾਓ ਕਰਾਂਗੇ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਪੁਤਲੇ ਸੁੱਟਾਂਗੇ। ਇਹਦਾ ਮਤਲਬ ਹੈ ਕਿ ਅਕਾਲੀ ਦਲ ਘੇਰ ਰਿਹਾ। ਦੂਸਰੇ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਐਲਾਨ ਕਰਤਾ, ਉਹ ਕਹਿੰਦੇ ਫਰਵਰੀ ਦੇ ਵਿੱਚ ਅਸੀਂ ਪੋਲ ਖੋਲ ਰੈਲੀਆਂ ਕੀਤੀਆਂ ਸੀ, ਹੁਣ ਇੱਕ ਵਾਰੀ ਫਿਰ ਜਿਹੜੇ ਜਿਹੜੇ ਵਿਧਾਨ ਸਭਾ ਹਲਕੇ ਰਹਿੰਦੇ ਆ ਉੱਥੇ ਪੋਲ ਖੋਲ ਰੈਲੀਆਂ ਅਕਾਲੀ ਦਲ ਸ਼ੁਰੂ ਕਰਨ ਜਾ ਰਿਹਾ। ਅਸਲ ਚ ਅਕਾਲੀ ਦਲ ਨੂੰ ਲੱਗਦਾ ਲੋਹਾ ਗਰਮ ਹੈ, ਹਥੌੜਾ ਕੋਲ ਹੈ, ਬਸ ਚੱਕ ਕੇ ਠਾ 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 ਕਰਕੇ ਸਿਆਸੀ ਤੌਰ ਤੇ ਸੱਟਾਂ ਮਾਰਨੀਆਂ ਤੇ ਕੰਮ ਸਾਡਾ ਜਿਹੜਾ ਇੱਥੇ ਨਿਬੜ ਜਾਣਾ, ਕਿਉਂਕਿ ਆਮ ਆਦਮੀ ਪਾਰਟੀ ਮੈਦਾਨ ਛੱਡ ਕੇ ਲੰਘੇ ਹੈ। ਉਹਨਾਂ ਦੀ ਲੜਾਈ ਅਜੇ ਲੋਕਾਂ ਦੇ ਮੁੱਦਿਆਂ ਤੇ ਲੜਦੀ ਨਹੀਂ, ਉਹਨਾਂ ਦੀ ਲੜਾਈ ਅਜੇ ਆਪਸ ਵਿੱਚ ਲੜਨ ਦੀ ਹੈ, ਤੇ ਅਕਾਲੀ ਦਲ ਲੱਗਦਾ ਕਿ ਇਹਦੇ ਤੋਂ ਚੰਗਾ ਮੌਕਾ ਕੋਈ ਨੀ, ਆਪਾਂ ਪੋਲ ਖੋਲ ਰੈਲੀਆਂ ਕਰਕੇ ਲੋਕਾਂ ਨੂੰ ਇਸ ਗੱਲ ਦਾ ਸੰਕੇਤ ਦੇਣ ਦਾ ਯਤਨ ਕਰੀਏ ਤੇ ਭਾਈ ਆਹ ਦੇਖੋ ਸਾਡੇ ਤੋਂ ਬਿਨਾਂ ਤੁਹਾਡੀ ਸਾਰ ਕਿਸੇ ਨੀ ਰਹਿਣੀ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਉਹ ਪੋਲ ਖੋਲ ਰੈਲੀਆਂ ਨੇ, ਭਾਵੇਂ ਲੋਕ ਸਭਾ ਦੀਆਂ ਚੋਣਾਂ ਨੇ, ਭਾਵੇਂ ਗਠਜੋੜਾਂ ਦੇ ਬਹੁਤ ਸਾਰੇ ਮਸਲੇ ਨੇ, ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਥਾਂ ਅਕਾਲੀ ਦਲ ਕਿੰਨਾ ਕੁ ਜ਼ਿਆਦਾ ਉਭਰਨ ਦੇ ਵਿੱਚ ਕਾਮਯਾਬ ਹੁੰਦਾ ਹੈ। ਜੀ ਪਾਠ ਸਾਹਿਬ, ਸੈਲਫੀ ਚੰਗੀ ਗੱਲ ਵੀ ਆ, ਕਦੇ ਕਦੇ ਜੇ ਲਈ ਜਾਵੇ ਕਲਿੱਕ ਕਰ ਲੈਂਦੇ, ਬਹੁਤ ਸਾਰੀਆਂ ਯਾਦਾਂ ਸਮੇਟੀਆਂ ਜਾਂਦੀਆਂ, ਪਰ ਬਹੁਤੇ ਵਾਰੀ ਇਸ ਜਹਾਨ ਤੋਂ ਬੋਰੀਆ ਬਿਸਤਰਾ ਹੀ ਸਮੇਟਿਆ ਜਾਂਦਾ। ਅਸੀਂ ਪੰਜਾਬੀ ਪਿੱਛੇ ਨਹੀਂ ਜੀ, ਹੁਣ ਇਸ ਮਾਮਲੇ ਚ ਮੌਤਾਂ ਦਾ ਸਿਲਸਿਲਾ ਇਸ ਰਾਹ ਵੀ ਹੋ ਰਿਹਾ। ਸੁਖਨਾਥ ਜੀ, ਯਾਦਾਂ ਸਮੇਟੀਆਂ ਵੀ ਜਾਂਦੀਆਂ ਤੇ ਕਈ ਵਾਰੀ ਯਾਦਾਂ ਹੀ ਰਹਿ ਜਾਂਦੀਆਂ, ਹੋਰ ਕੁਝ ਪੱਲੇ ਰਹਿੰਦਾ ਨੀ ਜੀ। ਦੇਖੋ ਜਿਹੜੀ ਵੀ ਕੋਈ ਸਾਇੰਸ ਦੀ ਚੀਜ਼ ਆ ਨਾ, ਮਸਲਾ ਉਹਦੇ ਵਰਤੋਂ ਕਰਨ ਦਾ, ਸੈਲਫੀ ਇੱਕ ਬੜੀ ਵਧੀਆ ਚੀਜ਼ ਹੈ ਮੈਨੂੰ ਤਾਂ ਲੱਗਦਾ। ਕਈ ਵਾਰੀ ਤੁਸੀਂ ਤਿੰਨ ਜਾਣੇ ਹੋ, ਚਾਰ ਜਾਣੇ ਹੋ, ਦੋ ਜਾਣੇ ਹੋ, ਉਹਦੇ ਵਿੱਚੋਂ ਜੇ ਇੱਕ ਜਣਾ ਫੋਟੋ ਖਿੱਚੂਗਾ ਦੂਜਾ ਬੰਦਾ ਮੂਹਰੇ ਖੜ ਜੂ ਤਾਂ ਫਿਰ ਇੱਕੋ ਹੀ ਆਊਗਾ, ਇੱਕ ਤਾਂ ਰਹਿ ਗਿਆ ਵਿੱਚੋਂ ਜੀ। ਸੈਲਫੀ ਦੇ ਨਾਲ ਆਪਾਂ ਸਾਰੇ ਵਿੱਚ ਆ ਜਾਂਦੇ ਹਾਂ, ਮਸਲਾ ਸੋਹਣੇ ਬੁਰੇ ਜਾਂ ਬਹੁਤ ਸੋਹਣੇ ਲੱਗਣ ਦਾ ਨਹੀਂ, ਮਸਲਾ ਤੇ ਕੈਮਰੇ ਦਾ ਜਿਹੜਾ ਉਹ ਕੁਝ ਪਲ ਐਸੇ ਹੁੰਦੇ ਨੇ ਜਿਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕਰਨ ਦਾ। ਦੇਖੋ ਕਿੰਨਾ ਵਧੀਆ ਫੀਚਰ ਦਿੱਤਾ ਜਿਹਨੇ ਕਿਤੇ ਕਾਢ ਕੱਢੀ ਹੋਏਗੀ ਸੈਲਫੀ ਦੀ, ਪਰ ਅਸੀਂ ਸੈਲਫੀ ਤੋਂ ਲਾਭ ਲੈਣ ਦੀ ਥਾਂ ਸੈਲਫੀ ਦੇ ਬਿਮਾਰ ਬਣੀ ਗਏ, ਅਸੀਂ ਮਾਨਸਿਕ ਤੌਰ ਤੇ ਰੋਗੀ ਬਣੀ ਜਾਂਦੇ ਹਾਂ। ਇੱਥੋਂ ਤੱਕ ਦੇਖੋ ਮੈਨੂੰ ਲੱਗਦਾ ਕਿ ਮਸਲਾ ਖਤਰਨਾਕ ਸੁਖਰੈਬ ਜੀ ਕਿੱਥੇ ਕੁ ਬਣਿਆ, ਆ ਲੁਧਿਆਣੇ ਦੇ ਜਿਹੜੇ ਦੋ ਮੁੰਡੇ ਮਾਰੇ ਗਏ ਆ, ਤੀਸਰਾ ਬਚ ਗਿਆ, ਖਤਰਾ ਇੱਥੇ ਕੁ ਬਣਿਆ ਕਿ ਜਦੋਂ ਤੱਕ ਤਾਂ ਅਸੀਂ ਸੈਲਫੀ ਲੈਂਦੇ ਹਾਂ ਕਿ ਭਾਈ ਅਸੀਂ ਕੁਝ ਯਾਦਾਂ ਸਾਂਭ ਕੇ ਰੱਖਣੀਆਂ, ਸੋਸ਼ਲ ਮੀਡੀਆ ਦੇ ਉੱਤੇ ਪਾਉਣ ਦੇ ਕੋਈ ਇਤਰਾਜ਼ ਨਹੀਂ ਪਾਓ, ਪਰ ਜਦੋਂ ਅਸੀਂ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਦੇ ਲਈ ਫੋਟੋ ਖਿੱਚਦੇ ਹਾਂ ਨਾ, ਉਦੋਂ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਸਾਡਾ ਵਿਕਾਰ ਸਾਹਮਣੇ ਆ ਜਾਂਦਾ। ਜੇ ਤਾਂ ਚਲੋ ਤੁਸੀਂ ਫੋਟੋ ਖਿੱਚੀ ਹੈ, ਕੋਈ ਵੀ ਵਧੀਆ ਤੁਹਾਡੇ ਲਈ ਮੂਵਮੈਂਟ ਹੋ ਸਕਦੀ ਬਹੁਤ ਅੱਛੀ, ਤਾਂ ਚੰਗੀ ਗੱਲ ਹੈ, ਖਿੱਚਣੀ ਚਾਹੀਦੀ ਹੈ, ਪਰ ਜੇ ਤੁਸੀਂ ਸੈਲਫੀ ਸਿਰਫ ਇਸ ਕਰਕੇ ਲੈਂਦੇ ਹੋ ਕਿ ਭਾਈ ਮੈਂ ਥੋੜਾ ਜਿਹਾ ਮੁਸਕਰਾਵਾਂ, ਮੈਂ ਥੋੜਾ ਜਿਹਾ ਸੋਹਣਾ ਲੱਗਾਂ, ਤੁਸੀਂ ਗੱਡੀ ਚਲਾਉਂਦੇ ਵੀ ਸੈਲਫੀਆਂ ਲਈ ਜਾਂਦੇ ਹੋ, ਤੁਸੀਂ ਮੋਟਰਸਾਈਕਲ ਤੇ ਬੈਠੇ ਬੈਠੇ ਵੀ ਚਲਾਉਂਦੇ ਚਲਾਉਂਦੇ ਵੀ ਕਿ ਭਾਈ ਮੇਰੇ ਵਾਲ ਪਿੱਛੇ ਨੂੰ ਵਧੀਆ ਜਾਂਦੇ ਨੇ, ਐ ਮੈਂ ਪਿੱਛੇ ਸੜਕ ਵੀ ਵਿਖਾਵਾਂ, ਮੈਂ ਪਿੱਛੇ ਹੋਰ ਗੱਡੀਆਂ ਵੀ ਵਿਖਾਵਾਂ ਜਿਹਦੇ ਨਾਲ ਪਤਾ ਲੱਗੇ ਕੰਮ ਰਨਿੰਗ ਚ ਹੀ ਹੈ ਭਾਈ, ਉਹਦੇ ਕਰਕੇ ਕਿੰਨੇ ਹਾਦਸੇ ਹੋਏ ਨੇ, ਕਈ ਬੰਦੇ ਖੱਡਾਂ ਚ ਡਿੱਗ ਡਿੱਗ ਕੇ ਮਰੇ ਨੇ ਸੈਲਫੀਆਂ ਲੈਂਦੇ, ਕਈ ਬੰਦਿਆਂ ਨੇ ਕਰੰਟ ਲਵਾ ਲਿਆ, ਲਾਗੇ ਤਾਰਾਂ ਹੁੰਦੀਆਂ, ਪਤਾ ਹੀ ਨੀ ਲੱਗਦਾ ਕਿ ਭਾਈ ਪਿੱਛੇ ਨੂੰ ਜਾਂਦੇ ਜਾਂਦੇ ਅਸੀਂ ਕਿੱਥੇ ਚਲੇ ਗਏ, ਬਹੁਤ ਸਾਰੇ ਲੋਕਾਂ ਨੇ ਹੱਥ ਗੋਡੇ ਤੁਰਾਏ ਨੇ। ਆਹ ਜਿਹੜੇ ਹੁਣ ਦੋ ਮੁੰਡੇ ਮਰੇ ਆ ਨਾ ਗੁਰਦੁਆਰਾ ਕਟਾਣਾ ਸਾਹਿਬ ਦੇ ਕੋਲੇ ਜਰਾਹੇ ਦੇ ਨੇੜੇ, ਉਹ ਮੁੰਡੇ ਸਵੇਰੇ 11:30 ਵਜੇ ਤਿੰਨ ਜਣੇ ਸੀ, ਦੇਖੋ ਮੁੰਡੇ ਦੇ 8ਵੀਂ ਚ ਪੜ੍ਹਦੇ, 14 14 15 15 ਸਾਲ ਦੇ, ਉਹਨਾਂ ਮੁੰਡਿਆਂ ਨੇ
ਇਹ ਸੋਚਿਆ ਕਿ ਭਾਈ ਅੱਛਾ ਉਹ ਪੁਲਿਆ ਪੁਲ ਉਹ ਰੇਲਵੇ ਬ੍ਰਿਜ ਸੀ, ਉੱਥੇ ਬੰਦੇ ਨੂੰ ਥੋੜੀ ਜਾਣਾ ਚਾਹੀਦਾ, ਉੱਥੋਂ ਜੇ ਰੇਲ ਗੱਡੀ ਲੰਘਣੀ ਹੈ ਉੱਥੇ ਕਿਤੇ ਆਮ ਬੰਦੇ ਦੇ ਖੜੇ ਹੋਣ ਦੀ ਥਾਂ ਥੋੜੀ ਬਣਾਇਆ ਕਿ ਪਾਈਏ ਬੰਦੇ ਇੱਥੇ ਸੈਲਫੀ ਲੈ ਕੇ ਖੜੇ ਜਾਣਗੇ। ਨਹੀਂ ਚਲੋ ਜਦੋਂ ਬੰਦਾ ਸੈਲਫੀ ਲੈਂਦਾ ਇੱਦਾਂ ਦਾ, ਉਹ ਇੱਕ ਸੈਲਫੀ ਨਹੀਂ ਪੰਜਾਹ ਪੰਜਾਹ ਤਸਵੀਰਾਂ ਲੈਂਦੇ ਆ ਕਿ ਪਾਈਏ ਦੇ ਵਿੱਚ ਆਹ ਮੈਂ ਦੰਦ ਥੋੜੀ ਜਿਹਾ ਦਿਖਾਵਾਂ, ਹੁਣ ਬਹੁਤੇ ਦਿਖਾਵਾਂ, ਹੁਣ ਮੈਂ ਮੂੰਹ ਸਹੀ ਬਣਾਵਾਂ, ਹੁਣ ਮੈਂ ਗਲਤ ਬਣਾਵਾਂ। ਉਹ ਫੋਟੋ ਲੈਂਦੇ ਲੈਂਦੇ ਇੰਨੇ ਮਸਤ ਹੋ ਗਿਆ, ਉਹਨਾਂ ਨੂੰ ਪਤਾ ਵੀ ਨਾ ਲੱਗਾ ਕਿ ਕਿਤੋਂ ਰੇਲ ਗੱਡੀ ਆ ਗਈ ਹੈ, ਤੇ ਫਿਰ ਟੋਟੇ ਟੋਟੇ ਹੋਣੇ ਸੀ ਹੋ ਗਿਆ। ਤੀਜਾ ਮੁੰਡਾ ਇੰਨਾ ਘਬਰਾ ਗਿਆ, 14-15 ਸਾਲ ਦਾ, ਉਹ ਭੱਜੇ ਗਿਆ ਉੱਥੋਂ। ਹੁਣ ਘਰ ਦੇ ਵਿੱਚ ਸੱਥਰ ਵਿਛ ਗਿਆ, ਘਰਦਿਆਂ ਦੇ ਪੱਲੇ ਰਿਹਾ ਕੱਖ ਨਹੀਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਈ ਅਸੀਂ ਸੈਲਫੀ ਨੂੰ ਆਪਣੇ ਉੱਪਰ ਕਿੰਨਾ ਕੁ ਹਾਵੀ ਕਰ ਲਿਆ। ਜੇ ਅਸੀਂ ਸੈਲਫੀ ਕੇਵਲ ਇਸ ਕਰਕੇ ਲੈਂਦੇ ਹਾਂ ਕਿ ਭਾਈ ਮੈਂ ਹੁਣੇ ਠਾਹ ਕਰਕੇ ਸੋਸ਼ਲ ਮੀਡੀਆ ਤੇ ਪਾਉਣੀ ਹੈ, ਉਹਦੇ ਤੋਂ ਬਾਅਦ ਅਸੀਂ ਜੇ ਹਰ 2-3 ਮਿੰਟ ਬਾਅਦ ਠੂੰਗਾ ਮਾਰ ਕੇ ਮੋਬਾਈਲ ਤੇ ਇਹ ਚੈੱਕ ਕਰਦੇ ਹਾਂ ਲਾਈਕ ਨੀ ਹੋ ਗਿਆ, ਟਿੱਪਣੀਆਂ ਕਿੰਨੀਆਂ ਆ ਗਈਆਂ, ਤੇ 4500 ਟਿੱਪਣੀਆਂ ਆਈਆਂ ਤੇ ਅਸੀਂ 4600 ਵਾਰੀ ਥੈਂਕ ਯੂ ਸ਼ੁਕਰੀਆ ਜੀ ਇੰਨਾ ਕੁਝ ਲਿਖ ਦਿੱਤਾ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉਸ ਸੈਲਫੀ ਦੇ ਚੱਕਰ ਦੇ ਵਿੱਚ ਅਸੀਂ ਬਹੁਤ ਸਾਰਾ ਸਮਾਂ ਵੀ ਜਾਇਆ ਕਰ ਲਿਆ। ਸੋ ਦੇਖੋ ਸਾਇੰਸ ਦੀ ਤਕਨੀਕ ਹੈ ਬੜੀ ਅੱਛੀ ਹੈ, ਤੁਸੀਂ ਵਧੀਆ ਤਰੀਕੇ ਕਿਸੇ ਵਿਆਹ ਸ਼ਾਦੀ ਤੇ ਚੱਲੇ ਹੋ, ਕਿਸੇ ਵੱਖਰੇ ਰੰਗ ਢੰਗ ਦੇ ਤੁਸੀਂ ਕੱਪੜੇ ਪਾਏ ਆ, ਕੋਈ ਨਾਲ ਤੁਹਾਡੀ ਪੂਰਾ ਸੈਲਫੀ ਲੈ ਲਓ, ਕੋਈ ਇਤਰਾਜ਼ ਹੋ ਰਹੀ ਕਿਸੇ ਬੰਦੇ ਨੂੰ, ਪਰ ਇੱਕ ਸੀਮਤ ਉਹਦਾ ਪ੍ਰਯੋਗ ਕਰੋ। ਜੇ ਤੁਸੀਂ ਕੇਵਲ ਤੇ ਕੇਵਲ ਖੋਕੀਆਂ ਫੜਾ ਲੋਕਾਂ ਦੇ ਵਿੱਚ ਕਿ ਪਾਈ ਆ ਵੇਖੋ ਕਿੰਨੀ ਫੋਟੋ ਵੀ ਕਹੂਗਾ ਆਤਾ ਬਈ, ਕਿਆ ਬਾਤ ਆ ਬਈ, ਨੰਬਰ 1 ਸਿਰਾ ਬਈ, ਇਹ ਸਿਰਾ ਤੇ ਆਤਾ ਵਾਲਾ ਜਿਹੜਾ ਮਸਲਾ ਨਾ ਉਹ ਅੱਤ ਕਰਾ ਦਿੰਦਾ ਜੀ। ਪੰਜਾਬੀ ਰਹਿ ਗਈਆਂ ਉਹ ਪਰਿਵਾਰ ਜਿਹੜੇ ਦੋ ਨੇ, ਉਹਨਾਂ ਨੂੰ ਜਿੰਨਾ ਵੱਡਾ ਇਸ ਵੇਲੇ ਝਟਕਾ ਲੱਗਿਆ ਸਾਨੂੰ ਸਭ ਕੁਝ ਸਿੱਖ ਲੈਣਾ ਚਾਹੀਦਾ। ਬਿਲਕੁਲ ਜੀ, ਸੰਗਰੂਰ ਦੇ ਵਿੱਚ ਰਿਸ਼ਵਤ ਵਾਲਾ ਕਾਂਡ ਹੈ ਜਿਹੜਾ ਹਾਈ ਕੋਰਟ ਤੱਕ ਪਹੁੰਚ ਗਿਆ ਜੀ, ਹੁਣ ਕੋਈ ਹੋ ਰਹੀ ਹੈ ਸੁਣਵਾਈ ਇਸ ਮਾਮਲੇ ਤੇ? ਕੁਨੈਬ ਜੀ 1.5 ਸਾਲ ਤਾਂ ਹੋ ਗਿਆ, ਉਹਨਾਂ ਦੀ ਕਿਸੇ ਨੇ ਸੁਣੀ ਨੀ। ਹੁਣ ਮੈਂ ਥੋੜਾ ਜਿਹਾ ਪਿੱਛੇ ਨੂੰ ਚੱਲ ਕੇ ਦੱਸ ਰਿਹਾ ਕਿ ਘਟਨਾ ਅਸਲ ਚ ਸੀ ਕੀ। 16 ਫਰਵਰੀ 2017 ਜਾਣੀ ਕਿ 1.5 ਸਾਲ ਪਹਿਲਾਂ ਦੀਆਂ ਗੱਲਾਂ ਜੀ। ਲੌਂਗੋਵਾਲ ਦੇ ਵਿੱਚ ਇੱਕ ਸਨੈਂਸਰ ਕਤਲ ਹੋਇਆ ਸੀ, ਹਰਦੇਵ ਸਿੰਘ ਹੈਪੀ, ਸ਼ਰੇਆਮ, ਸ਼ਰੇ ਬਾਜ਼ਾਰ ਜੀ। ਉਹ ਕਤਲ ਹੋਇਆ ਤੇ ਦੋਸ਼ ਲੱਗਾ ਗੈਂਗਸਟਰ ਦਲਵਿੰਦਰ ਸਿੰਘ ਬੱਬਲ ਰੰਧਾਵਾ ਤੇ 5 ਸਾਥੀਆਂ ਦੇ ਹੋਰ। ਚਲੋ ਇਹ ਗੱਲਾਂ 16 ਫਰਵਰੀ ਦੀਆਂ। 7 ਅਪ੍ਰੈਲ 2017 ਨੂੰ ਜਾਣੀ ਕਿ ਤਕਰੀਬਨ 1.5 ਮਹੀਨੇ ਬਾਅਦ ਜੀ, ਦੋ ਕਿਸਾਨ ਮੀਡੀਆ ਦੇ ਸਾਹਮਣੇ ਆ ਕੇ ਪਿੱਟਦੇ ਆ, ਇੱਕ ਦਾ ਨਾਮ ਧਨਵੰਤ ਸਿੰਘ ਤੇ ਦੂਜੇ ਦਾ ਹਰਜਿੰਦਰ ਸਿੰਘ। ਪਿੱਟਦੇ ਕੀ ਆ? ਉਹ ਕਹਿੰਦੇ ਜੀ 3 ਦਿਨ ਸਾਨੂੰ ਥਾਣੇ ਚ ਰੱਖਿਆ ਗਿਆ ਗੈਰ ਕਾਨੂੰਨੀ, ਸਾਡਾ ਕਟਾਪਾ ਵੀ ਕੱਢਿਆ ਗਿਆ ਤੇ ਸਾਡੇ ਤੋਂ 19.5 ਲੱਖ ਰੁਪਏ ਦੀ ਰਿਸ਼ਵਤ ਲਈ ਹੈ, ਕਿਉਂਕਿ ਸਾਨੂੰ ਕਹਿੰਦੇ ਸੀ ਨਹੀਂ ਤਾਂ ਤੁਹਾਡਾ ਨਾਂ ਜਿਹੜਾ ਨਾ ਅਸੀਂ ਫਰੈਂਸਰ ਹਰਦੇਵ ਸਿੰਘ ਹੈਪੀ ਦੇ ਕਤਲ ਚ ਜੋੜਨਾ, ਫਾਂਸੀ ਲਵਾਵਾਂਗੇ ਤੁਹਾਨੂੰ। ਉਹ ਕਹਿੰਦੇ ਡਰਦੇ ਆ ਅਸੀਂ, 19.5 ਲੱਖ ਰੁਪਇਆ ਦਿੱਤਾ, ਇੱਕ ਨੇ 12-13 ਲੱਖ ਦਿੱਤਾ, ਦੂਜਾ ਛੋਟਾ ਹੋਏਗਾ ਥੋੜਾ ਜਿਹਾ ਆਰਥਿਕ ਤੌਰ ਤੇ ਕਮਜ਼ੋਰ, ਉਹਨੇ ਥੋੜੇ ਦਿੱਤੇ। ਉਹ ਕਹਿੰਦੇ ਅਸੀਂ 19.5 ਲੱਖ ਦਿੱਤਾ। ਚਲੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 13 ਅਪ੍ਰੈਲ ਨੂੰ ਇਸ ਸਾਰੇ ਮਸਲੇ ਦੀ ਇਨਕੁਆਇਰੀ ਜਿਹੜੀ ਹੈ ਵਿਜੀਲੈਂਸ ਨੂੰ ਦਿੱਤੀ। 1.5 ਸਾਲ ਹੋ ਗਿਆ ਇਹ ਬਾਰ ਬਾਰ ਅਦਾਲਤ ਚ ਵੀ ਐਪਲੀਕੇਸ਼ਨ ਦਿੰਦੇ ਸੀ ਜੀ ਸਾਨੂੰ ਇਨਸਾਫ਼ ਦਿਓ, 1.5 ਸਾਲ ਹੋ ਗਿਆ, ਅਜੇ ਤੱਕ ਇਹ ਨੀ ਪਤਾ ਲੱਗਾ ਕਿ ਉਹਨਾਂ ਨੂੰ ਚੌਂਕੀ ਦੇ ਵਿੱਚ ਰੱਖਿਆ ਗਿਆ ਕਿ ਨਹੀਂ, ਥਾਣੇ ਚ ਰੱਖਿਆ ਗਿਆ ਕਿ ਨਹੀਂ, ਪੈਸੇ ਲੈ ਗਏ ਕਿ ਨਹੀਂ। ਹੁਣ 1.5 ਸਾਲ ਦੇ ਵਿੱਚ ਉਹ ਕੀ ਕਹਿੰਦੇ ਸੀ? ਉਹ ਕਹਿੰਦੇ ਉਸ ਵੇਲੇ ਦੇ SSP ਇੰਦਰਵੀਰ ਨੇ, ਇੰਦਰਵੀਰ ਸਿੰਘ ਸੁਨਾਮ ਦੇ, ਉਸ ਵੇਲੇ ਦੇ DSP ਜਸ਼ਨਦੀਪ ਸਿੰਘ ਗਿੱਲ ਨੇ, ਲੌਂਗੋਵਾਲ ਥਾਣੇ ਦਾ ਮੁਖੀ ਸਿਕੰਦਰ ਸਿੰਘ, ਚੌਂਕੀ ਬਡਰੁੱਖਾਂ ਦਾ ਇੰਚਾਰਜ ਗਰਮੇਲ ਸਿੰਘ ਤੇ ਅਜੀਤ ਨਗਰ ਪੁਲਿਸ ਚੌਂਕੀ ਦਾ ਬਿਜਿੰਦਰ ਸਿੰਘ ਚੱਠਾ। ਇਹਨਾਂ ਸਾਰੇ ਬੰਦਿਆਂ ਤੇ ਦੋਸ਼ ਲਾਏ ਕਿ ਸਾਡੇ ਕੋਲੋਂ ਪੈਸੇ ਇਹਨਾਂ ਨੇ ਵਸੂਲ ਕੀਤੇ ਆ। ਹੁਣ ਹੋਇਆ ਕੀ? ਸੁਖੈਬ ਜੀ ਉਹ ਉਡੀਕਦੇ ਸੀ ਕਿ ਸ਼ਾਇਦ ਸਾਡਾ 19.5 ਲੱਖ ਰੁਪਇਆ ਵਾਪਸ ਮਿਲ ਜੂ। ਜਿਹਨਾਂ ਪੁਲਿਸ ਅਧਿਕਾਰੀਆਂ ਨੇ ਸਾਡੇ ਨਾਲ ਧੱਕਾ ਕੀਤਾ ਉਹਨਾਂ ਤੇ ਪਰਚਾ ਹੋਊ ਤੇ ਵੀ ਪਤਾ ਲੱਗੂ ਕਿ ਉਹਨਾਂ ਨੇ ਇੱਦਾਂ ਪੈਸੇ ਹੋਰ ਕਿੰਨੇ ਕੁ ਲੋਕਾਂ ਤੋਂ ਠੱਗੇ ਆ। ਪਰ ਗੱਲ ਹੋ ਰਹੀ ਹੋ ਗਈ, ਆ ਪਿਛਲੀ 16 ਜੁਲਾਈ ਨੂੰ DGP ਪੰਜਾਬ ਪੁਲਿਸ ਦੇ ਦਫ਼ਤਰ ਦੇ ਵਿੱਚੋਂ ਇੱਕ ਚਿੱਠੀ SSP ਸੰਗਰੂਰ ਨੂੰ ਆਉਂਦੀ ਹੈ। ਉਹ ਕਹਿੰਦੇ ਹਰਜਿੰਦਰ ਸਿੰਘ ਤੇ ਧਨਵੰਤ ਸਿੰਘ ਜਿਹੜੇ ਦੋਵੇਂ ਕਿਸਾਨ ਆ ਨਾ, ਇਹਨਾਂ ਨੂੰ ਲੌਂਗੋਵਾਲ ਥਾਣੇ ਦੇ ਵਿੱਚ ਜਿਹੜਾ ਕਤਲ ਹੋਇਆ ਉਹਦੇ ਵਿੱਚ ਨਾਮਜ਼ਦ ਕਰਕੇ ਤਫਤੀਸ਼ ਕੀਤੀ ਜਾਵੇ, ਇਹਨਾਂ ਨੇ ਕਤਲ ਕਿਵੇਂ ਕੀਤਾ ਤੇ ਕਿਉਂ ਕੀਤਾ। ਹੁਣ ਦੋਵੇਂ ਕਿਸਾਨ ਜਿਹੜੇ ਆ ਉਹ ਹਾਈਕੋਰਟ ਪਹੁੰਚ ਗਏ। ਉਹ ਕਹਿੰਦੇ ਅਸੀਂ ਪੀੜਿਤ ਪੈਸੇ ਸਾਡੇ ਤੋਂ ਲੈ ਲਿਆ, 3 ਦਿਨ ਥਾਣੇ ਸਾਨੂੰ ਰੱਖਿਆ ਤੇ ਅਸੀਂ ਜਦੋਂ ਹੁਣ ਅਪੀਲ ਕੀਤੀ ਸੀ ਇਨਕੁਆਇਰੀ ਕਰਦੇ ਕਰਦੇ ਸਾਡੀ ਅਪੀਲ ਦਾ ਤਾਂ ਕੋਈ ਨੀ ਕਹਿੰਦੇ ਸਿੱਟਾ ਕੱਢਿਆ, ਪਰ ਇਹਨਾਂ ਜ਼ਰੂਰ ਕਹਿ ਦਿੱਤਾ ਕਿ ਭਾਈ ਹੁਣ ਇਹਨਾਂ ਦੇ ਖਿਲਾਫ਼ ਜਿਹੜਾ ਪਰਚਾ ਦਰਜ ਕੀਤਾ ਜਾਵੇ ਉਹ ਵੀ ਕਤਲ ਦਾ। ਸੋ ਦੋਵਾਂ ਨੇ ਕਿਹਾ ਕਿ ਭਾਈ ਸਾਨੂੰ ਸੁਰੱਖਿਆ ਵੀ ਦਿਓ, ਸਾਡੀ ਜਾਨ ਨੂੰ ਖਤਰਾ ਤੇ ਨਾਲ ਦੀ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ। ਹੁਣ 24 ਸਤੰਬਰ ਲਈ ਨੋਟਿਸ ਜਾਰੀ ਕੀਤੇ ਗਏ ਪੰਜਾਬ ਸਰਕਾਰ ਦੇ DGP ਨੂੰ, IG ਵਿਜੀਲੈਂਸ ਨੂੰ, ਪੰਜਾਬ ਪੁਲਿਸ ਦਾ ਸੰਗਰੂਰ ਵਾਲਾ ਮੁਖੀ ਤੇ ਤਾਣਾ ਮੁਖੀ ਲੌਂਗੋਵਾਲ। ਸੋ ਵੇਖਦੇ ਹਾਂ ਕਿ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਜਿਹੜੇ ਪੀੜਿਤ ਦੋਵੇਂ ਕਿਸਾਨ ਨੇ ਜਿਹਨਾਂ ਨੂੰ 1.5 ਸਾਲ ਹੋ ਗਿਆ ਲੜਾਈ ਲੜਦਿਆਂ ਨੂੰ, ਕੀ ਉਹਨਾਂ ਨੂੰ ਕੋਈ ਮਾੜਾ ਮੋਟਾ ਇਨਸਾਫ ਮਿਲ ਸਕੇਗਾ ਜਾਂ ਨਹੀਂ? ਜੀ ਗੱਲ ਬਿਲਕੁਲ ਸਹੀ ਹੈ ਜੀ, ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ। ਤੇ ਭਾਜਪਾ ਦੇ 3 ਸੂਬਿਆਂ ਦੇ ਵਿੱਚ ਸ਼ੁਰੂ ਹੋ ਗਿਆ ਜੀ ਸਰਗਰਮੀਆਂ, ਕਾਂਗਰਸ ਪਿੱਛੇ ਰਹਿ ਗਈ ਹੈ, ਬੀਜੇਪੀ ਮੂਹਰੇ ਹੋ ਗਈ ਜੀ।
ਚਾਰ ਸੂਹਰੇ ਹੋ ਗਏ ਜੀ, ਵੋਟਾਂ ਚ ਹੋ ਪਾਊਗੀ ਕਿ ਨਹੀਂ ਉਹ ਵੱਖਰੀ ਗੱਲ ਹੈ। ਉੱਧਰ ਅਜੇ ਤੱਕ ਰਾਹੁਲ ਗਾਂਧੀ ਸਾਹਿਬ ਉਹਨਾਂ ਨੇ ਬਹੁਤਾ ਕੰਮ ਸ਼ੁਰੂ ਨਹੀਂ ਕੀਤਾ, ਸ਼ਾਇਦ ਅਜੇ ਇਸੇ ਗੱਲ ਦੀ ਉਡੀਕ ਦੇ ਵਿੱਚ ਨੇ ਕਿ ਸੰਸਦ ਵਿੱਚ ਮੋਦੀ ਸਾਹਿਬ ਨੂੰ ਪਾਈ ਗਈ ਜੱਫੀ ਤੇ ਉਹਦੇ ਬਾਅਦ ਮਾਰੀ ਗਈ ਅੱਖ ਜਿਹੜੀ ਹੈ, ਉਹ ਤਾਂ ਚਰਚਾ ਹੋਰ ਕਿੰਨੀ ਕੁ ਦੇਰ ਜਿਹੜਾ ਉਹ ਚੱਲਦਾ ਰਹੇਗਾ। ਚਲੋ, ਤਿੰਨ ਸੂਬੇ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਤੇ ਭਾਰਤੀ ਜਨਤਾ ਪਾਰਟੀ ਨੂੰ ਪਤਾ ਕਿ ਜੇ ਅਸੀਂ ਬਹੁਤ ਛੇਤੀ ਜਿਹੜਾ ਇੱਥੇ ਪ੍ਰਚਾਰ ਸ਼ੁਰੂ ਨਾ ਕੀਤਾ ਤਾਂ ਸਾਨੂੰ ਘਾਟਾ ਪੈ ਸਕਦਾ। ਇਸੇ ਕਰਕੇ ਤਿੰਨਾਂ ਹੀ ਸੂਬਿਆਂ ਦੇ ਵਿੱਚ ਚੋਣ ਮੁਹਿੰਮ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕਰ ਦਿੱਤੀ ਤੇ ਰਾਹੁਲ ਗਾਂਧੀ ਹੋਰੀ ਅਜੇ ਸੋਚਦੇ ਹੀ ਵਿਚਾਰਦੇ ਹੀ ਹੈ ਕਿ ਅਸੀਂ ਇਧਰਲੇ ਪਾਸੇ ਕੰਮ ਸ਼ੁਰੂ ਕਰੀਏ ਜਾਂ ਨਾ ਕਰੀਏ। ਨਵੰਬਰ ਦੇ ਵਿੱਚ ਵੱਧ ਤੋਂ ਵੱਧ ਇਲੈਕਸ਼ਨ ਆ ਜਾਣੀ, ਅਗਸਤ ਆ ਗਿਆ, ਸਤੰਬਰ ਤੇ ਅਕਤੂਬਰ ਮਹੀਨੇ ਦਾ ਗਿਆ। ਤਿੰਨ, ਰਾਜਸਥਾਨ ਦੇ ਵਿੱਚ ਗੌਰਵ ਯਾਤਰਾ ਸ਼ੁਰੂ ਕਰ ਲਈ, ਅਮਿਤ ਸ਼ਾਹ ਆਪ ਜਾ ਕੇ ਕਰਾ ਕੇ ਆਏ, ਵਸੁੰਧਰਾ ਰਾਜੇ ਸਿੰਧੀਆ ਬੀਬੀ ਜੀ ਮੁੱਖ ਮੰਤਰੀ ਨੇ ਉੱਥੋਂ ਦੇ ਉਹਨਾਂ ਨਾਲ ਲੈ ਕੇ ਹੁਣ ਮੰਦਰ ਦੇ ਵਿੱਚ ਪੂਜਾ ਪਾਠ ਕਰਕੇ ਯਾਤਰਾ ਸ਼ੁਰੂ ਕੀਤੀ। ਅੱਠ ਹੋਰ ਮੰਦਰਾਂ ਦੇ ਵਿੱਚ ਜਾਣਾ ਹੈ। ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਿਵਰਾਜ ਸਿੰਘ ਚੌਹਾਨ ਨੇ ਜਨ ਆਸ਼ੀਰਵਾਦ ਯਾਤਰਾ ਸ਼ੁਰੂ ਕਰ ਲਈ ਕਿ ਮੈਂ ਜਨਤਾ ਦਾ ਆਸ਼ੀਰਵਾਦ ਲੈਣ ਚੱਲਿਆ ਤੇ ਮੈਂ ਦੇਖੋ ਤੁਹਾਡੇ ਲਈ ਪਿਛਲੇ ਵਰ੍ਹਿਆਂ ਦੇ ਵਿੱਚ ਕਿੰਨੇ ਵਧੀਆ ਵਧੀਆ ਕੰਮ ਕੀਤੇ ਹੈ, ਹੁਣ ਤੁਸੀਂ ਮੈਨੂੰ ਜੇ ਇੱਕ ਵਾਰੀ ਫੇਰ ਮੁੱਖ ਮੰਤਰੀ ਬਣਾ ਦਿਓਗੇ ਨਾ ਤਾਂ ਫਿਰ ਮੈਂ ਤੁਹਾਡਾ ਬਹੁਤ ਧੰਨਵਾਦ ਕਰੂੰਗਾ, ਮੈਂ ਇਸੇ ਕਰਕੇ ਤੁਹਾਡਾ ਆਸ਼ੀਰਵਾਦ ਲੈਣ ਲਿਆ। ਹੁਣ ਜਿਹੜੀ ਬੀਬੀ ਵਸੁੰਧਰਾ ਰਾਜੇ ਆ ਉਹਨਾਂ ਨੇ 40 ਦਿਨ ਗੌਰਵ ਯਾਤਰਾ ਕਰਨੀ ਹੈ, 200 ਦੇ ਵਿੱਚੋਂ 165 ਵਿਧਾਨ ਸਭਾ ਸੀਟਾਂ ਕਵਰ ਕਰਨੀਆਂ, 6054 ਕਿਲੋਮੀਟਰ ਦੀ ਯਾਤਰਾ ਹੈ, 134 ਛੋਟੀਆਂ ਵੱਡੀਆਂ ਰੈਲੀਆਂ ਨੂੰ ਬੀਬੀ ਵਸੁੰਧਰਾ ਰਾਜੇ ਸਿੰਧੀਆ ਦੁਆਰਾ ਸੰਬੋਧਿਤ ਕੀਤੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ। ਫਿਰ ਆਪਾਂ ਆ ਜਾਈਏ ਛੱਤੀਸਗੜ੍ਹ, ਉੱਥੇ ਛੱਤੀਸਗੜ੍ਹ ਵਿੱਚ 5 ਜੂਨ ਨੂੰ ਆਪਣੀ ਵਿਕਾਸ ਯਾਤਰਾ ਕੱਢੀ ਭਾਰਤੀ ਜਨਤਾ ਪਾਰਟੀ ਨੇ, ਹੁਣ 8 ਜ਼ਿਲ੍ਹਿਆਂ ਦੇ ਵਿੱਚੋਂ ਦੀ ਗੁਜ਼ਰੀ। 29 ਅਗਸਤ ਤੋਂ ਰਮਨ ਸਿੰਘ ਜਿਹੜੇ ਨੇ ਉਹ ਦੁਬਾਰਾ ਆਪਣੀ ਯਾਤਰਾ ਦਾ ਦੂਸਰਾ ਫੇਜ਼ ਸ਼ੁਰੂ ਕਰਨਗੇ, 65 ਵਿਧਾਨ ਸਭਾ ਹਲਕਿਆਂ ਨੂੰ ਉਹਨਾਂ ਨੇ ਕਵਰ ਕਰਨਾ। ਕਹਿਣ ਦਾ ਭਾਵ ਕੁੱਲ ਮਿਲਾ ਕੇ ਕਿ ਭਾਰਤੀ ਜਨਤਾ ਪਾਰਟੀ ਦੀਆਂ ਤਿੰਨੇ ਹੀ ਸੂਬਿਆਂ ਦੀਆਂ ਸਰਕਾਰਾਂ, ਤਿੰਨੇ ਹੀ ਸੂਬਿਆਂ ਦੇ ਵਿੱਚ ਉਹਨਾਂ ਨੇ ਠੋਕ ਵਜਾ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ, ਤਿੰਨੇ ਹੀ ਸੂਬਿਆਂ ਦੇ ਵਿੱਚ ਸਾਰੀਆਂ ਯਾਤਰਾਵਾਂ ਸ਼ੁਰੂ ਕਰਾਤੀਆਂ, ਪਰ ਚੌਥੇ ਪਾਸੇ ਕਾਂਗਰਸ ਪਾਰਟੀ ਅਜੇ ਤੱਕ ਬਿਲਕੁਲ ਚੁੱਪ ਹੈ। ਰਾਹੁਲ ਗਾਂਧੀ ਹੋਰਾਂ ਨੂੰ ਅਜੇ ਪ੍ਰੋਗਰਾਮ ਬਣਾ ਕੇ ਨਹੀਂ ਦਿੱਤਾ ਗਿਆ ਕਿ ਤੁਹਾਡੀ ਜਿਹੜੀ ਹੈ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਕਦੋਂ ਲੋੜ ਹੈ ਤੇ ਕਦੋਂ ਨਹੀਂ, ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਇਹ ਸਾਰਾ ਕੰਮ ਕਾਰ ਜਿਹੜਾ ਉਹਨੂੰ ਅੱਗੇ ਕਾਂਗਰਸ ਪਾਰਟੀ ਨੇ ਵਧਾਉਣਾ ਹੋਇਆ ਤਾਂ ਉਹਨਾਂ ਨੂੰ ਛੇਤੀ ਤੋਂ ਛੇਤੀ ਮੈਦਾਨ ਦੇ ਵਿੱਚ ਆਉਣਾ ਚਾਹੀਦਾ, ਨਹੀਂ ਤਾਂ ਅਮਿਤ ਸ਼ਾਹ ਦੀ ਨੀਤੀ ਜਿਹੜੀ ਹੈ ਉਹ ਛੇਤੀ ਕੀਤੀ ਉਸ ਨੀਤੀ ਨੂੰ ਜਿਹੜਾ ਉਹ ਸੰਧ ਲਾਉਣਾ, ਉਸ ਨੀਤੀ ਤੋਂ ਵਧੀਆ ਨੀਤੀ ਬਣਾਉਣਾ ਖਾਲਾ ਜੀ ਦਾ ਵਾੜਾ ਨਹੀਂ। ਦੇਖਦੇ ਹਾਂ ਕਿ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਮਸਲਾ ਕਿੱਧਰ ਲੈ ਕੇ ਜਾਂਦੀ ਹੈ। ਜੀ ਬਟ ਸਾਹਿਬ, ਕੇਂਦਰ ਸਰਕਾਰ ਨੇ ਜਿਹੜੇ ਵਿਦੇਸ਼ ਜਾਂਦੇ ਲੋਕ ਹੈ ਉਹਨਾਂ ਦੇ ਵਾਸਤੇ ਕੁਛ ਕੁ ਹਦਾਇਤਾਂ ਜਾਰੀ ਕੀਤੀਆਂ। ਇਹ ਵੀ ਕਿਹਾ ਜਾਂਦਾ ਕਿ ਜੇ ਕੋਈ ਏਜੰਟ ਦੇ ਧੱਕੇ ਤੁਸੀਂ ਚੜ ਗਏ ਹੋ, ਲੁੱਟ ਘਸੁੱਟ ਹੋ ਗਈ ਹੈ, ਫਿਰ ਕਹਿੰਦੇ ਮੁਆਵਜ਼ਾ ਵੀ ਦੇ ਸਕਦੇ ਹਾਂ ਥੋੜਾ ਬਹੁਤ। ਸੁਖਨਾਥ ਜੀ ਦੇਖੋ, ਇਹ ਚੰਗੀ ਗੱਲ ਹੈ ਕਿ ਵੈਸੇ ਤਾਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੀ ਜਿਹੜੀ ਤੁਸੀਂ ਅਫੀਸ਼ੀਅਲ ਵੈਬਸਾਈਟ ਵੇਖੋਗੇ ਨਾ ਉੱਥੇ ਤੁਹਾਨੂੰ ਪਤਾ ਲੱਗ ਜੂ ਕਿ ਕਿਹੜਾ ਲਾਇਸੈਂਸ ਹੋਲਡਰ ਏਜੰਟ ਹੈ, ਕਿਹੜਾ ਊਈ ਡਰਾਈਵਰ ਦਾ ਧੱਕੇ ਧੁੱਕੇ ਮਾਰ ਕੇ ਬਾਅਦ ਚ ਬਹੁਤ ਖਾਉਂਦਾ ਹੈ। ਹੁਣ ਵਿਦੇਸ਼ ਮੰਤਰਾਲੇ ਵੱਲੋਂ ਇਹ ਛੋਟੀ ਦਿੱਤੀ ਗਈ ਹੈ ਕਿ ਜੇ ਤੁਸੀਂ ਵਰਕ ਪਰਮਿਟ ਦੇ ਉੱਤੇ ਜਾਓਗੇ, ਲੀਗਲੀ ਤਰੀਕੇ ਜਾਓ, ਰਜਿਸਟਰਡ ਏਜੰਟ ਦੇ ਰਾਹੀਂ ਜਾਓ, ਤੇ ਜੇ ਤੁਹਾਨੂੰ ਉੱਥੇ ਕੋਈ ਧੱਕਾ ਕਰੂਗਾ ਤੁਹਾਨੂੰ ਬਣਦੇ ਪੈਸੇ ਨਹੀਂ ਦਿੱਤੇ ਜਾਂਦੇ, ਤੁਹਾਡੀਆਂ ਰਹਿਣ ਦੀਆਂ ਕੰਡੀਸ਼ਨ ਠੀਕ ਨਹੀਂ, ਉਹ ਕਹਿੰਦੇ ਫਿਰ ਅਸੀਂ ਵਿਦੇਸ਼ ਮੰਤਰਾਲੇ ਦੇ ਰਾਹੀਂ ਉਹ ਸਾਰਾ ਕੰਮ ਕਰ ਜਿਹੜਾ ਉਹ ਤੁਹਾਡਾ ਆਪ ਦਰੁਸਤ ਕਰਾ ਕੇ ਜਾਵਾਂਗੇ। ਹੁਣ ਜਿਹੜਾ ਚੰਡੀਗੜ੍ਹ ਵਾਲੇ ਦਾ ਦਫ਼ਤਰ ਹੈ, ਉਹ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ 38 ਟਰੈਵਲ ਏਜੰਟ ਉਹ ਕਹਿੰਦੇ ਸਾਡੇ ਕੋਲ ਰਜਿਸਟਰਡ ਹੈ ਜਿਹੜੇ ਵਰਕ ਪਰਮਿਟ ਦਾ ਕੰਮ ਕਰਦੇ ਆ, 38 ਤੇ 1188 ਉਹ ਨੇ ਜਿਹੜੇ ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, ਹੋਰ ਕਈ ਤਰ੍ਹਾਂ ਦੇ ਵੀਜ਼ਾ ਜਿਹੜੇ ਨੇ ਉਹਨਾਂ ਦੇ ਪ੍ਰਤੀ ਆਪਣਾ ਹਿਸਾਬ ਕਿਤਾਬ ਰੱਖਦੇ ਆ। ਹੁਣ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਠੀਕ ਏਜੰਟ ਦੇ ਰਾਹੀਂ ਵਿਦੇਸ਼ ਜਾਓਗੇ, ਭਾਵੇਂ ਵਰਕ ਪਰਮਿਟ ਲੈ ਕੇ ਚਲੇ ਜਾਓ, ਉੱਥੇ ਤੁਹਾਨੂੰ ਗਲਫ ਕੰਟਰੀਜ਼ ਵਿੱਚ ਜਾਂ ਕਿਤੇ ਵੀ ਹੋਰ ਕੋਈ ਠੱਗੀ ਤੁਹਾਡੇ ਨਾਲ ਵੱਜਦੀ ਹੈ, ਤੁਸੀਂ ਸਿੱਧਾ ਸਾਡੇ ਨਾਲ ਸੰਪਰਕ ਕਰਨਾ, ਅਸੀਂ ਸੰਬੰਧਿਤ ਦਿਸ਼ਟੀ ਸਰਕਾਰ ਦੇ ਨਾਲ ਸੰਪਰਕ ਜਿਹੜਾ ਉਹ ਆਪੇ ਸਥਾਪਿਤ ਕਰ ਲੈਣਾ। ਹੁਣ ਚੰਡੀਗੜ੍ਹ ਦਾ ਜਿਹੜਾ ਦਫ਼ਤਰ ਹੈ, ਪ੍ਰੋਟੈਕਟਰ ਜਨਰਲ ਆਫ ਇਮੀਗ੍ਰੈਂਟ, ਉਹ ਚੰਡੀਗੜ੍ਹ ਦਫ਼ਤਰ ਦੇ ਅਧੀਨ ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਚੰਡੀਗੜ੍ਹ, ਜੇ ਐਂਡ ਕੇ 6 ਸੂਬੇ ਆਉਂਦੇ ਆ, 6 ਥਾਂ। ਉਹਨਾਂ 6 ਸੂਬਿਆਂ ਦਾ ਜਿਹੜਾ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਜਾਏਗਾ, ਇਹ ਤਾਂ ਹੁਣ ਸਾਰਾ ਕੁਝ ਬਾਅਦ ਵਿੱਚ ਸਪਸ਼ਟ ਹੋਣਾ। ਪਰ ਸਰਕਾਰ ਇਹ ਵੀ ਕਹਿੰਦੀ ਹੈ ਕਿ ਜੇ ਤੁਸੀਂ ਲੀਗਲ ਏਜੰਟ ਦੇ ਰਾਹੀਂ ਜਾਓਗੇ, ਸਾਨੂੰ ਪਤਾ ਹੁੰਦਾ ਕਿ ਤੁਸੀਂ ਕਿਹੜੇ ਕੰਮ ਲਈ ਗਏ ਆ, ਤੁਹਾਡੇ ਐਗਰੀਮੈਂਟ ਦੀ ਕਾਪੀ ਵੀ ਸਾਡੇ ਕੋਲ ਹੁੰਦੀ ਹੈ, ਜੇ ਤੁਹਾਨੂੰ ਐਗਰੀਮੈਂਟ ਦੇ ਮੁਤਾਬਕ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਫੈਸਿਲਿਟੀਜ਼ ਨਹੀਂ ਦਿੱਤੀਆਂ ਜਾਂਦੀਆਂ, ਤਾਂ ਸਾਡੇ ਲਈ ਬਹੁਤ ਆਸਾਨ ਹੈ
ਕਿ ਅਸੀਂ ਇਹ ਸਾਰਾ ਕੰਮ ਜਿਹੜਾ ਨੇਪਰੇ ਚੜ ਰਹੀ ਹੈ, ਪਰ ਉਹ ਕਹਿੰਦੇ ਜੇ ਸਾਨੂੰ ਪਤਾ ਨਾ ਲੱਗੇ ਇਹ ਸਾਰਾ ਕੁਝ ਕਿੱਧਰਲੇ ਪਾਸੇ ਨੂੰ ਗਿਆ, ਕੋਈ ਬੰਦਾ ਕੁਵੈਤ ਗਿਆ, ਕੁਵੈਤ ਚੋਂ ਇਰਾਕ ਚਲੇ ਗਿਆ, ਇਰਾਕ ਜਾ ਕੇ ਫਿਰ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ, ਫਿਰ ਅੱਗੇ ਪਾਸੇ ਨੂੰ ਗੱਲ ਚਲੇ ਗਈ। ਇਸ ਕਰਕੇ ਹੁਣ ਵੇਖਦੇ ਹਾਂ ਕਿ ਪੰਜਾਬ ਦੇ ਕਿੰਨੇ ਗੱਭਰੂ ਜਿਹੜੇ ਆ ਉਹ 38 ਟਰੈਵਲ ਏਜੰਟ ਰਜਿਸਟਰਡ ਜਿਹੜੇ ਵਰਕ ਪਰਮਿਟ ਲਈ ਉਹਨਾਂ ਦੇ ਰਾਹੀਂ, ਜਾਂ 1188 ਜਿਹੜੇ ਟੂਰਿਸਟ ਸਟੱਡੀ ਵੀਜ਼ਾ ਵਾਲੇ ਨੇ ਉਹਨਾਂ ਦੇ ਰਾਹੀਂ ਜਾਂਦੇ ਆ, ਕਿਉਂਕਿ ਜੇ ਰਜਿਸਟਰਡ ਦੇ ਰਾਹੀਂ ਜਾਵਾਂਗੇ 5-7 ਹਜ਼ਾਰ ਵੱਧ ਭਾਵੇਂ ਲੱਗ ਜਾਏ, ਪਰ ਸੇਫਟੀ ਜਿਹੜੀ ਆ ਉਹ ਕਾਫੀ ਰਹਿਣਾ ਵੱਧ ਜਾਣੀ ਹੈ ਜੀ। ਵਰ ਸਾਹਿਬ ਇੱਕ ਬ੍ਰੇਕ ਹੋਰ ਲੈ ਲਈਏ ਜੀ, ਆਪਾਂ ਫਿਰ ਅਗਲੀਆਂ ਗੱਲਾਂ ਕਰਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ। ਵਟਸਐਪ ਗੱਲ ਕਰੀਏ ਜੀ ਜਲੰਧਰ ਲੋਕ ਸਭਾ ਹਲਕੇ ਦੀ। ਕਹਿੰਦੇ ਜੀ ਇੱਥੋਂ ਬੀਜੇਪੀ ਹੈ ਜਿਹੜੀ ਉਹ ਆਪਦਾ ਦਾਅਵਾ ਠੋਕਣ ਦੇ ਰੌ ਦੇ ਵਿਚ ਹੈ। ਸੁਖਨੈਬ ਜੀ, ਵੈਸੇ ਤਾਂ ਭਾਰਤੀ ਜਨਤਾ ਪਾਰਟੀ ਕਿਉਂਕਿ ਉਹਦਾ ਗੱਠਜੋੜ ਅਕਾਲੀ ਦਲ ਨਾਲ ਹੈ, ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਉਹ ਪਹਿਲੇ ਕਹਿਣ ਲੱਗ ਪੈਂਦੇ ਆ, ਨਹੀਂ ਜੀ ਨਹੀਂ ਅਸੀਂ ਲੋਕ ਸਭਾ ਦੀਆਂ 3 ਸੀਟਾਂ ਤੇ ਥੋੜਾ ਸਵਾਲ ਕਰਨਾ, ਸਾਨੂੰ ਘੱਟੋ ਘੱਟ 5 ਸੀਟਾਂ ਦਿਓ ਜੀ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਫਿਰ ਰੌਲਾ ਪਾਉਂਦੇ ਜੀ 117 ਦੇ ਵਿੱਚੋਂ ਅਸੀਂ 23 ਤੇ ਥੋੜੇ ਚੋਣ ਲੜੀ ਜਾਣੀ ਆ, 50 ਸੀਟਾਂ ਦਿਓ ਜੀ। ਮੁੜ ਕੇ ਮਿਲਦੀਆਂ 3 ਹੀ ਆ ਤੇ ਉਧਰੋਂ ਮਿਲਦੀਆਂ 23 ਹੈ, ਨਾ ਉਧਰੋਂ 3 ਤੋਂ 4 ਹੋਈਆਂ ਤੇ ਨਾ ਉਧਰ 23 ਤੋਂ 24 ਹੋਈਆਂ। ਹਾਂ ਇੰਨੀ ਕੁ ਗੱਲ ਕਦੇ ਕਦੇ ਅਕਾਲੀ ਮੰਨ ਲੈਂਦੇ ਹੁੰਦੇ ਆ ਕਿ ਚਲੋ ਠੀਕ ਹੈ ਬਾਈ ਤੁਸੀਂ ਬਹੁਤ ਪੁਰਾਣੇ ਸਾਡੇ ਨਾਲ ਹੋ, ਇੱਕ ਅੱਧੀ ਸੀਟ ਅਦਲਾ ਬਦਲੀ ਕਰ ਲੈਂਦੇ ਆ ਕਿ ਤੁਸੀਂ ਆ 5 ਨੰਬਰ ਲੈ ਲਓ ਸਾਨੂੰ 3 ਦੇ ਦਿਓ, ਜਾਂ ਤੁਸੀਂ 3 ਲੈ ਲਓ ਸਾਨੂੰ 5 ਦੇ ਦਿਓ, ਏਦਾਂ ਦੀ ਗੱਲ ਜੀ। ਇਹਦੇ ਤੋਂ ਇਲਾਵਾ ਨਾ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਕੋਈ ਸੀਟ ਇਹਨਾਂ ਨੂੰ ਵਾਧੂ ਛੱਡੀ ਹੈ ਤੇ ਨਾ ਛੱਡਣੀ ਹੈ। ਹੁਣ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਦੀ ਜਿਹੜੀ ਸੀਟ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦੀ ਹੈ, ਉਹ ਇੱਥੋਂ ਜਿੱਤੇ ਹੋਏ ਨੇ ਵਿਜੇ ਸਾਂਪਲਾ ਸਾਹਿਬ ਕੇਂਦਰ ਦੇ ਵਿੱਚ ਮਿਨਿਸਟਰ ਆਫ ਸਟੇਟ ਵੀ ਨੇ। ਦੂਸਰੀ ਜਲੰਧਰ ਵਾਲੀ ਜਿਹੜੀ ਸੀਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੈ। ਹੁਣ ਪਤਾ ਹੀ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਜਲੰਧਰ ਵਾਲੀ ਸੀਟ ਦੇ ਉੱਤੇ ਦਾਅਵਾ ਠੋਕ ਰਹੀ ਹੈ ਕਿ ਸਾਨੂੰ ਜਲੰਧਰ ਦੀ ਸੀਟ ਵੀ ਦਿਓ। ਹੁਸ਼ਿਆਰਪੁਰ ਤੋਂ ਤੁਸੀਂ ਚੋਣ ਲੜ ਨਹੀਂ ਲੜਨੀ ਹੈ, ਜਲੰਧਰ ਵਾਲੀ ਸੀਟ ਦੇ ਉੱਤੇ ਵੀ ਹੱਕ ਸਾਡਾ ਬਣਦਾ। ਪਿਛਲੀ ਵਾਰੀ ਅਸੀਂ 3 ਸੀਟਾਂ ਤੇ ਚੋਣ ਲੜੀ ਸੀ, ਪਰ ਅੱਜ ਅਸੀਂ 4 ਸੀਟਾਂ ਚੋਣ ਲੜਨੀ ਹੈ। ਅਸਲ ਦੇ ਵਿੱਚ ਇਹ ਦਾਅਵਾ ਜਿਹੜਾ ਕੀਤਾ ਜਾ ਰਿਹਾ ਸੁਖਨੈਬ ਜੀ, ਇਹਦੇ ਪਿੱਛੇ ਮੰਨਿਆ ਜਾ ਰਿਹਾ ਕਿ ਅਸਲ ਚ ਰਣਨੀਤੀ ਕੋਈ ਹੋਰ ਹੈ। ਰਣਨੀਤੀ ਕੀ ਹੈ? ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਸਾਨੂੰ ਹੁਸ਼ਿਆਰਪੁਰ ਦੀ ਥਾਂ ਜਲੰਧਰ ਵਾਲੀ ਸੀਟ ਮਿਲ ਜਾਏ ਜੀ, ਤੇ ਅਕਾਲੀ ਦਲ ਜਲੰਧਰ ਵਾਲੀ ਸੀਟ ਛੱਡ ਕੇ ਹੁਸ਼ਿਆਰਪੁਰ ਚਲੇ ਜਾਏ। ਜੇ ਭਾਰਤੀ ਜਨਤਾ ਪਾਰਟੀ ਵਾਲੇ ਸਿੱਧਾ ਕਹਿੰਦੇ ਕਿ ਸਾਡੇ ਨਾਲ ਸੀਟ ਦੀ ਅਦਲਾ ਬਦਲੀ ਕਰ ਲਓ, ਅਗਲਾ ਫਿਰ ਮੂਹਰਿਓ ਵੀ ਨਖਰੇ ਕਰਦਾ ਕਿ ਭਾਈ ਹਾਂ ਏਦਾਂ ਰਹਿਣ ਦਿਓ, ਏਦਾਂ ਥੋੜੀ ਆ, ਤੁਸੀਂ ਜਿੱਥੇ ਬੈਠੇ ਰਹੋ ਜਿੱਥੇ ਅਸੀਂ ਬੈਠੇ ਬੈਠੇ। ਪਰ ਜਦੋਂ ਹੁਣ ਅਗਲੇ ਨੇ ਸੀਟ ਹੀ ਮੰਗਣੀ ਕਿ ਸਾਨੂੰ ਇੱਕ ਸੀਟ ਹੀ ਹੋਰ ਦਿਓ, ਫਿਰ ਅਕਾਲੀ ਦਲ ਨੂੰ ਸੌਖਾ ਲੱਗੂਗਾ, ਚਲੋ ਸੀਟ ਤਾਂ ਬਚ ਗਈ, ਅਦਲਾ ਬਦਲੀ ਦਾ ਕੀ ਹੈ? ਇੱਥੇ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ? ਦੇਖੋ ਵਿਜੇ ਸਾਂਪਲਾ ਸਾਹਿਬ ਨੇ ਚੋਣ ਲੜਨੀ ਉੱਥੋਂ ਦੁਬਾਰਾ ਹੁਸ਼ਿਆਰਪੁਰ ਤੋਂ, ਉਹਨਾਂ ਨੂੰ ਪਤਾ ਕਿ ਮੈਂ ਉਹਨੇ ਕੰਮ ਨੀ ਇਸ ਹਲਕੇ ਚ ਕੀਤੇ ਜਿੰਨੀ ਧੜੇਬੰਦੀ ਪੈਦਾ ਕਰ ਲਈ ਆ। ਖਾਸ ਤੌਰ ਤੇ ਉੱਥੇ ਫਗਵਾੜਾ ਵਿਧਾਨ ਸਭਾ ਹਲਕਾ ਇੱਥੇ ਹੁਸ਼ਿਆਰਪੁਰ ਦਾ ਹਿੱਸਾ, ਉੱਥੇ ਦੇ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਸੋਮ ਪ੍ਰਕਾਸ਼ ਕੈਂਸ, ਇੱਧਰ ਸਾਂਪਲਾ ਸਾਹਿਬ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ, ਤੇ ਸਾਂਪਲਾ ਸਾਹਿਬ ਨੂੰ ਪਤਾ ਕਿ ਮੈਨੂੰ ਉਹਦੇ ਪਾਸੇ ਵੋਟ ਵਾਰ ਤਾਂ ਪੈਣੀ ਕੋਈ ਨੀ। ਪਿਛਲੇ 10,000 ਵੋਟਾਂ ਨਾਲ ਜਿੱਤ ਗਿਆ ਸੀ, ਐਤਕੀ ਤਾਂ ਲੱਗਦਾ ਕਿ ਵੱਡੇ ਫਰਕ ਨਾਲ ਹਾਰਿਆ ਵੀ ਜਾ ਸਕਦਾ। ਹੁਣ ਭਾਰਤੀ ਜਨਤਾ ਪਾਰਟੀ ਇਸੇ ਕਰਕੇ ਚਾਹੁੰਦੀ ਹੈ ਕਿ ਅਕਾਲੀ ਦਲ ਸਾਡੇ ਤੋਂ ਹੁਸ਼ਿਆਰਪੁਰ ਲੈ ਲੈ, ਸਾਨੂੰ ਜਲੰਧਰ ਦੇ ਦੇ, ਤੇ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਚੰਗਾ। ਦੇਖੋ ਐਮਐਲਏ ਭਾਵੇਂ ਕੋਈ ਬਣਿਆ ਨਹੀਂ ਬਣਿਆ ਇੱਕ ਵੱਖਰੀ ਗੱਲ ਹੈ, ਪਰ ਜਲੰਧਰ ਸ਼ਹਿਰ ਦੀਆਂ 1% ਵਾਲੀ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦੀਆਂ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਇਹ ਵੀ ਲੱਗਦਾ ਕਿ ਜੇ ਅਸੀਂ ਜਲੰਧਰ ਆ ਕੇ ਇਲੈਕਸ਼ਨ ਲੜਾਂਗੇ ਤਾਂ ਘੱਟੋ ਘੱਟ ਇੱਕ ਵਿਰੋਧੀ ਜਿਹੜੀ ਭਾਵਨਾ ਜਿਹੀ ਹੈ ਉਹ ਬਿਲਕੁਲ ਵੀ ਸਾਡੇ ਖਿਲਾਫ਼ ਨਹੀਂ ਹੋਣੀ। ਨਹੀਂ ਤਾਂ ਸਾਂਪਲਾ ਸਾਹਿਬ ਹੁਸ਼ਿਆਰਪੁਰੋਂ ਤਾਂ ਲੱਗਦਾ ਕਿ ਚੂੜੀਆਂ ਕੱਠੀਆਂ ਜਾਣੀਆਂ, ਤੇ ਜੇ ਹੁਸ਼ਿਆਰਪੁਰ ਦੀ ਥਾਂ ਦੇ ਉੱਤੇ ਜਲੰਧਰ ਆਉਣਗੇ ਫਿਰ ਕੋਈ ਨਾ ਕੋਈ ਸੰਭਾਵਨਾ ਬਣ ਸਕਦੀ ਹੈ। ਵੈਸੇ ਵੀ ਉਹਨਾਂ ਦਾ ਆਪਣਾ ਪਿੰਡ ਜਿਹੜਾ ਉਹ ਬਿਲਕੁਲ ਜਲੰਧਰ ਜ਼ਿਲ੍ਹੇ ਦੇ ਇੱਕ ਕੋਨੇ ਦੇ ਉੱਤੇ ਆ, ਉਹਨਾਂ ਨੂੰ ਇਸ ਗੱਲ ਦਾ ਵੀ ਕਿਤੇ ਨਾ ਕਿਤੇ ਲਾਭ ਮਿਲ ਸਕਦਾ। ਹੁਣ ਪਿਛਲੀ ਵਾਰੀ ਅਕਾਲੀ ਦਲ ਜਲੰਧਰ 70,000 ਵੋਟਾਂ ਦੇ ਫਰਕ ਨਾਲ ਹਾਰਿਆ ਸੀ, ਚੌਧਰੀ ਸੰਤੋਖ ਸਿੰਘ ਐਮਪੀ ਬਣੇ। ਇਧਰਲੇ ਪਾਸਿਓਂ ਪਵਨ ਕੁਮਾਰ ਚੀਨੂ ਜਿਹੜੇ ਐਮਐਲਏ ਨੇ ਇਸ ਵੇਲੇ ਉਹ ਅਕਾਲੀ ਦਲ ਦੇ ਬੰਦੇ ਸੀ, 70,000 ਵੋਟਾਂ ਨਾਲ ਹਾਰ ਗਏ। ਪਰ ਦੂਸਰੇ ਪਾਸੇ ਹੁਸ਼ਿਆਰਪੁਰ ਵਾਲੀ ਸੀਟ ਜਿਹੜੀ ਹੈ ਉਹ ਸਾਂਪਲਾ ਸਾਹਿਬ ਨੇ 10,000 ਨਾਲ ਜਿੱਤੀ ਸੀ, ਪਰ ਐਤਕੀ ਤਾਂ ਮੌਕਾ। ਸੋ ਵੇਖਦੇ ਹਾਂ ਕਿ ਸੀਟਾਂ ਦੀ ਅਗਲਾ ਬਦਲੀ ਦਾ ਦੁਆਬੇ ਦੇ ਉੱਤੇ ਪ੍ਰਭਾਵ ਪੈਂਦਾ ਕੀ ਹੈ। ਤਾਂ ਭਾਰਤੀ ਜਨਤਾ ਪਾਰਟੀ ਨੇ ਜ਼ੋਰ ਇਸ ਵੇਲੇ ਪੂਰਾ ਲਾਇਆ ਕਿ ਭਾਈ ਆਪਾਂ ਕੰਮ ਜਿਹੜਾ ਥੋੜਾ ਜਿਹਾ ਸੀਟ ਬਦਲਾਉਣ ਦੇ ਲਈ ਖਿੱਚ ਕੇ ਰੱਖੀ ਹੈ ਜੀ। ਲਕਸ਼ਮੀ ਕਾਂਤਾ ਚਾਵਲਾ ਹੋ ਰਹੇ ਆ ਜਿਹੜੇ ਕਦੇ ਕਦੇ ਸਰਗਰਮ ਹੋ ਜਾਂਦੇ, ਹੁਣ ਕਾਹਦੀ ਜਾਂਚ ਦੀ ਮੰਗ ਕਰੀ ਜਾਂਦੇ ਆ ਜੀ? ਸੁਖਨੈਬ ਜੀ, ਐਤਕੀ ਉਹਨਾਂ ਨੇ ਇੱਕ ਚੰਗਾ ਮਸਲਾ ਚੁੱਕਿਆ, ਫੇਰ ਹੱਲ ਹੈ ਕਿ ਉਹ ਇਹ ਨੀ ਦੇਖਦੇ ਹੁੰਦੇ ਸਰਕਾਰ ਮੇਰੀ ਆਪਣੀ ਹੈ ਕਿਸੇ ਦੀ ਹੈ, ਕਿਸੇ ਦੇ ਗੋਡੇ ਲੱਗੇ ਤੇ ਕਿਸੇ ਦੇ ਗਿੱਟੇ ਲੱਗੇ,
ਬੀਬੀ ਲਕਸ਼ਮੀ ਕਾਂਤਾ ਚਾਵਲਾ ਭਾਵੇਂ ਮੰਤਰੀ ਸੀ ਤੇ ਭਾਵੇਂ ਹੁਣ ਐਮ ਐਲ ਏ ਵੀ ਨੀ, ਰਫਤਾਰ ਤੇ ਤਿੱਖਾਪਣ ਜਿਹੜਾ ਉਹਨਾਂ ਦੀਆਂ ਗੱਲਾਂ ਚ ਉਨਾ ਹੀ ਹੈ। ਹੁਣ ਬੀਬੀ ਲਕਸ਼ਮੀ ਕਾਂਤਾ ਚਾਵਲਾ ਉਹ ਵੈਸੇ ਤਾਂ ਅਕਾਲੀ ਭਾਜਪਾ ਆਪਣੀ ਉਹਨਾਂ ਦੀ ਸਰਕਾਰ ਹੁੰਦੀ ਆ ਵੀ ਗੱਲ ਪੈ ਜਾਂਦੇ ਸੀ ਨਾ ਜਾ ਕੇ ਭਾਈ ਤੁਹਾਡਾ ਕੰਮ ਠੀਕ ਨੀ ਜੀ, ਉੱਥੇ ਸਰਕਾਰੀ ਕਾਂਗਰਸ ਹੀ ਆ। ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਹੁਣ ਇਹ ਮੰਗ ਕੀਤੀ ਹੈ ਕਿ ਪੰਜਾਬ ਚ ਸੜਕਾਂ ਚੌੜੀਆਂ ਕਰਨ ਦੇ ਨਾਂ ਤੇ, ਫਲਾਈਓਵਰ ਬਣਾਉਣ ਦੇ ਨਾਂ ਤੇ, ਹੋਰ ਵਿਕਾਸ ਕਾਰਜਾਂ ਦੇ ਨਾਂ ਦੇ ਉੱਤੇ ਕਿੰਨੇ ਲੱਖ ਸਰਕਾਰੀ ਦਰਖਤ ਵੱਢ ਕੇ ਉਹ ਮਾਰੇ, ਤੁਸੀਂ ਸਾਨੂੰ ਜਾਣਕਾਰੀ ਦਿਓ। ਹੁਣ ਅਗਲੇ ਜਾਣਕਾਰੀ ਇਕੱਠੇ ਕਰਦੇ ਫਿਰਦੇ। ਪਹਿਲਾਂ ਜੇ ਬੀਬੀ ਜੀ ਨੇ ਦੱਸ ਲਈ ਕਿ ਅਸੀਂ 5 ਲੱਖ ਦਰਖਤ ਲਾਇਆ ਤੇ ਬੀਬੀ ਜੀ ਕਹਾਂਗੇ 5 ਲੱਖ ਦੇ ਵਿੱਚੋਂ ਤੁਸੀਂ 5000 ਵੀ ਜੇ ਹੋਇਆ ਤਾਂ ਮੈਨੂੰ ਦਿਖਾ ਦਿਓ, ਫਿਰ ਵੀ ਕੰਮ ਥੋੜਾ ਜਿਹਾ ਔਖਾ ਸੌਖਾ ਜਿਹਾ ਹੋ ਜਾਣਾ। ਹੁਣ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਵੀ ਕਿਹਾ, ਉਹ ਕਹਿੰਦੇ ਬਹੁਤ ਸਾਰੇ ਹਰੇਕ ਚੂਰ ਦਰਖਤਾਂ ਨੂੰ ਸੁੱਕੇ ਕਾਗਜ਼ਾਂ ਦੇ ਵਿੱਚ ਦਿਖਾ ਕੇ ਵੱਢ ਦਿੱਤਾ ਗਿਆ, ਬਹੁਤ ਮਾੜਾ। ਦੂਸਰੀ ਗੱਲ ਉਹ ਕਹਿੰਦੇ ਸਿੱਧੇ ਤੌਰ ਦੇ ਉੱਤੇ ਸਾਨੂੰ ਇਹ ਚੇਤਾ ਰੱਖਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਸੜਕਾਂ ਬਣੀਆਂ ਕਿਨਾਰਿਆਂ ਤੋਂ ਦਰਖਤ ਵੱਢੇ, ਉਹਦੇ ਤੋਂ ਪਹਿਲਾਂ ਕਾਨੂੰਨ ਬਣਿਆ ਕਿ ਤੁਸੀਂ ਦਰਖਤ ਵੱਢਣ ਤੋਂ ਪਹਿਲਾਂ ਜਿੱਥੇ ਕਿ ਜਾ ਕੇ ਕਿਨਾਰਾ ਸੈੱਟ ਹੋਣਾ ਉੱਥੇ ਦਰਖਤ ਲਾ ਦਿਓ ਤਾਂ ਜੋ ਸਮੇਂ ਸਿਰ ਚੜ੍ਹਨ ਪਰ ਦਰਖਤ ਕੋਈ ਲਾਉਂਦਾ ਹੀ ਨਹੀਂ ਜੀ। ਹੁਣ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਕੇਂਦਰ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਤੁਸੀਂ ਉੱਚ ਪੱਧਰੀ ਜਾਂਚ ਕਰਾਓ ਕਿ ਅਸੀਂ ਇਧਰਲੇ ਪਾਸੇ ਕੰਮ ਖਰਾਬ ਕਿਉਂ ਕਰੀ ਜਾਂਦੇ ਹਾਂ, ਤੁਸੀਂ ਉੱਚ ਪੱਧਰੀ ਜਾਂਚ ਕਰਾਓ ਕਿ ਕਿੰਨੇ ਪੈਸੇ ਬੂਟੇ ਲਾਉਣ ਦੇ ਨਾਂ ਤੇ ਖਾਧੇ ਗਏ, ਕਿੰਨੇ ਪੈਸੇ ਦਰਖਤਾਂ ਨੂੰ ਸੁੱਕਾ ਦੱਸ ਕੇ ਵੱਢ ਵੱਢ ਕੇ ਜਿਹੜਾ ਉਹ ਖਾਧੇ ਗਏ। ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਮਸਲਾ ਹੈ ਤੇ ਜੇ ਬੀਬੀ ਲਕਸ਼ਮੀ ਕਾਂਤਾ ਚਾਵਲਾ ਪਿੱਛੇ ਪੈ ਰਹੇ ਨਾ, ਰਿਪੋਰਟਾਂ ਉਹਨਾਂ ਨੇ ਹਾਸਲ ਕਰ ਲਈਆਂ ਤੇ ਰਿਪੋਰਟਾਂ ਹਾਸਲ ਕਰਨ ਤੋਂ ਬਾਅਦ ਉਹ ਫਿਰ ਸੱਜਾ ਖੱਬਾ ਘੱਟ ਹੀ ਦੇਖਦੇ ਹੁੰਦੇ ਆ, ਸਿੱਧਾ ਕਰਕੇ ਜਦੋਂ ਵੀ ਕਰਦੇ ਠਾਹ ਕਰਦੇ ਆ ਜੀ। ਤੇ ਪਾਠ ਸਾਹਿਬ ਨਾਲ ਹੀ ਅਸੀਂ ਗੱਲ ਥੋੜੀ ਜਿਹੀ ਕਰੀਏ ਚੋਣਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਕਹਿੰਦੇ ਗਲਤ ਵਰਤੋਂ ਦੇ ਉੱਤੇ ਹੁਣ ਨਜ਼ਰ ਰਹਿਣੀ ਆ। ਵੈਸੇ ਅੱਜ ਕੱਲ ਬਹੁਤ ਗਲਤ ਵਰਤੋਂ ਹੋ ਰਹੀ ਹੈ। ਸੁਖਨਾ ਜੀ ਦੇਖੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਭਾਰਤ ਚ ਵੇਖਿਆ ਕਿ ਜੇ ਕਿਸੇ ਬੰਦੇ ਨੂੰ ਸਜ਼ਾ ਸੁਣਾਉਣੀ ਹੈ ਜੀ ਸੋਸ਼ਲ ਮੀਡੀਆ ਤੇ ਪਾਬੰਦੀ ਲਾ ਦਿਓ, ਇੰਟਰਨੈਟ ਹੀ ਬੰਦ ਕਰ ਦਿਓ, ਜੇ ਕਿਸੇ ਪਾਸੇ ਕਿਸੇ ਭਾਈਚਾਰੇ ਦੇ ਨਾਲ ਕੋਈ ਗੱਲਬਾਤ ਹੋ ਗਈ ਅਗਲੇ ਕਹਿੰਦੇ ਅਸੀਂ ਧਰਨਾ ਲਾਉਣਾ, ਇੰਟਰਨੈਟ ਬੰਦ ਕਰ ਦਿਓ ਤਾਂ ਜੋ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਕੇ ਲੋਕਾਂ ਨੂੰ ਭੜਕਾ ਨਾ ਦਿੱਤਾ ਜਾਵੇ ਜੀ। ਹੁਣ ਵਟਸਐਪ ਜਿਹੜਾ ਇਸ ਵੇਲੇ ਬਹੁਤ ਨਿਸ਼ਾਨੇ ਤੇ ਹੈ ਕਿਉਂਕਿ ਵਟਸਐਪ ਦੀ ਹੀ ਵਰਤੋਂ ਆਮ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ। ਹੁਣ ਜਦੋਂ ਵਟਸਐਪ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਰੌਲਾ ਰੱਪਾ ਬਹੁਤ ਪਿਆ ਸੀ ਜੀ, ਦੇਖੋ ਚੋਣਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਆ, ਐਂ ਕਰਦੇ ਆ, ਉਹ ਕਰਦੇ ਆ। ਹੁਣ ਜਦੋਂ ਕਹਿੰਦੇ ਕਿ ਦੇਖੋ ਸਿੱਧੀ ਗੱਲ ਹੈ, ਇੱਕ ਤਾਂ ਵਟਸਐਪ ਦੇ ਰਾਹੀਂ 5 ਤੋਂ ਵੱਧ ਲੋਕਾਂ ਨੂੰ ਇੱਕੋ ਸਮੇਂ ਵੈਸੇ ਨਹੀਂ ਜਾਣਗੇ, ਉਹਨੂੰ ਕੰਟਰੋਲ ਕਰ ਲਿਆ ਗਿਆ। ਦੂਸਰੇ ਪਾਸੇ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਕਿ ਇਸ ਵੇਲੇ ਜੇ ਚੋਣਾਂ ਦੇ ਵਿੱਚ ਕਿਸੇ ਨੇ ਗਲਤ ਤਰੀਕੇ ਦਾ ਕੋਈ ਮੈਸੇਜ ਵਟਸਐਪ ਰਾਹੀਂ ਕੀਤਾ ਉਹਦੇ ਅਕਾਊਂਟ ਤੇ ਰੋਕ ਲਾ ਕੇ ਉਹਨੂੰ ਬਲੌਕ ਕਰਤਾ ਜਾਊਗਾ ਜੀ। ਇਹ ਵੀ ਕਹਿ ਦਿੱਤਾ ਗਿਆ ਕਿ ਭਾਰਤ ਦੇ ਵਿੱਚ ਵਟਸਐਪ ਦੀਆਂ ਬਹੁਤ ਸਮੱਸਿਆਵਾਂ ਧਰਮ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਪੋਲੀਟੀਕਲ ਆਧਾਰ ਤੇ, ਇਸ ਕਰਕੇ ਇੱਥੇ ਆਪਣਾ ਇੱਕ ਸਥਾਈ ਨੁਮਾਇੰਦਾ ਉਹ ਕਹਿੰਦੇ ਅਸੀਂ ਪੱਕਾ ਹੀ ਨਿਯੁਕਤ ਕਰ ਦਿੰਦੇ ਹਾਂ ਜੀ। ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਕਿ ਕਰਨਾਟਕ ਦੀਆਂ ਚੋਣਾਂ ਦੇ ਵਿੱਚ ਕਈ ਅਕਾਊਂਟਾਂ ਦੀ ਪਹਿਚਾਣ ਕੀਤੀ ਗਈ ਸੀ ਜਿਨ੍ਹਾਂ ਵਿਵਹਾਰ ਇਤਰਾਜ਼ਯੋਗ ਸੀ ਤੇ ਅਕਾਊਂਟਾਂ ਤੇ ਦੋਸ਼ ਲਾਤਾ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਪਿਛਲੀਆਂ ਚੋਣਾਂ ਦੇ ਵਿੱਚ ਆਪਾਂ ਵੇਖਿਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਉਹ ਕਰੈਕਟਰ ਹੈ ਉਹਨੂੰ ਕਿਤੇ ਨਾ ਕਿਤੇ ਲੋਕਾਂ ਦੇ ਸਾਹਮਣੇ ਬਹੁਤ ਦੂਸ਼ਿਤ ਜਿਹਾ ਕਰ ਦਿੱਤਾ ਗਿਆ ਕਿ ਨਾ ਬਾਈ ਇਹ ਬੰਦਾ ਤਾਂ ਕਿਸੇ ਕੰਮ ਦਾ ਹੀ ਨਹੀਂ, ਲਓ ਮੈਂ ਤੁਹਾਨੂੰ ਸਬੂਤ ਦੇ ਦਿੰਦਾ ਜੀ। ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਬਹੁਤ ਅਜੀਬ ਨੇ, ਇਸ ਕਰਕੇ ਵੀ ਅਜੀਬ ਨੇ ਕਿ ਭਾਈ ਅਸੀਂ ਇਹਨਾਂ ਦੇ ਕਰਕੇ ਲੜਨ ਭਿੜਨ ਲੱਗ ਜਾਂਦੇ ਹਾਂ। ਕਿਸੇ ਪਾਸੇ ਉਹ ਆ ਜਾਂਦਾ ਜੀ ਫਲਾਨੇ ਪਿੰਡ ਦੇ ਵਿੱਚ ਆਹ ਕੰਮ ਹੋ ਗਿਆ, ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਆ ਗਿਆ, ਅਸੀਂ ਜਾ ਕੇ ਵੈਰੀਫਿਕੇਸ਼ਨ ਕੋਈ ਨਹੀਂ ਕਰਨੀ, ਅਸੀਂ ਵੈਰੀਫਿਕੇਸ਼ਨ ਕਰਨ ਦੀ ਥਾਂ ਸਿੱਧੇ ਤੌਰ ਦੇ ਉੱਤੇ ਜਾ ਕੇ ਠਾਹ-ਠਾਹ ਕਰਾ ਦੇਣੀ ਹੈ। ਆ ਪਿਛਲੇ ਸਮੇਂ 'ਚ ਗਊ ਰੱਖਿਆ ਦੇ ਨਾਂ ਦੇ ਉੱਤੇ, ਪਿਛਲੇ ਸਮੇਂ 'ਚ ਹਿੰਦੂ ਮੁਸਲਿਮ ਦੇ ਨਾਂ ਦੇ ਉੱਤੇ ਬਹੁਤ ਕੁਝ ਘਟਿਆ ਵਾਪਰਿਆ ਤੇ ਜਿਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਹਾਲ ਦੀ ਘੜੀ ਲੱਗਦਾ ਉਹ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਦਾ। ਹੁਣ ਵਟਸਐਪ ਵਾਲੇ ਜਿਹੜੇ ਹੈ ਉਹ ਕਹਿੰਦੇ ਕਿ ਅਸੀਂ ਬੜੀ ਛੇਤੀ ਜਿਹੜੀ ਨਵੀਂ ਐਪ ਜਿਹੜੀ ਆ ਉਹ ਚਲਾ ਦੇਣੀ ਹੈ, ਉਹਦੇ ਨਾਲ ਸਾਨੂੰ ਨਾਲੋ ਨਾਲ ਪਤਾ ਲੱਗਦਾ ਰਹੂਗਾ ਕਿ ਕਿਹਨੇ ਵਟਸਐਪ ਦੀ ਗਲਤ ਵਰਤੋਂ ਕੀਤੀ ਹੈ ਤੇ ਕਿਹਨੇ ਠੀਕ, ਤੇ ਉਹਦਾ ਅਕਾਊਂਟ ਉਸੇ ਵੇਲੇ ਬਲੌਕ ਜਿਹੜਾ ਉਹ ਕੀਤਾ ਜਾ ਸਕਦਾ। ਚਲੋ ਸਰਕਾਰ ਨੇ ਖਰਚੇ ਪ੍ਰਗਟ ਕੀਤੇ ਸੀ ਵਟਸਐਪ ਵਾਲਿਆਂ ਦੇ ਕੋਲੇ, ਕਈਆਂ ਨੇ ਮੰਨ ਲਿਆ, ਹੁਣ ਜਾਣਕਾਰੀ ਦੇ ਰਿਹਾ ਕਿ ਭਾਈ ਅਸੀਂ ਕੰਮ ਸਾਰਾ ਕਿਹਨੇ ਕੀਤਾ, ਉਹਦੇ ਤੋਂ ਬਾਅਦ ਵੇਖਦੇ ਹਾਂ ਕਿ ਮਸਲਾ ਕਿਧਰਲੇ ਪਾਸੇ ਤੁਰਦਾ ਹੈ ਜੀ। ਵਟਸਐਪ ਪੀ ਵੀ ਸਿੰਧੂ ਹੋਰਾਂ ਨੇ ਇੱਕ ਹੋਰ ਮਾਰਕਾ ਮਾਰਿਆ ਜੀ, ਭਾਰਤ ਦਾ ਸਿਰ ਹੋਰ ਉੱਚਾ ਹੋ ਗਿਆ, ਵੈਸਟਾ ਨੀਵਾਂ ਕਰਨ ਦਾ ਯਤਨ ਵੀ ਬਹੁਤ ਹੁੰਦਾ ਬਾਕੀਆਂ ਦੇ ਵੱਲੋਂ। ਦੇਖੋ ਸੁਖਨੈਪ ਜੀ, ਬੈਡਮਿੰਟਨ ਦੇ ਵਿੱਚ ਨਾ ਚਿੜੀ ਛਿੱਕੇ ਦੇ ਵਿੱਚ ਹੈ ਬਹੁਤ ਕੁਝ ਜਿਹੜਾ ਉਹ ਭਾਰਤ ਦੇ ਪੱਖ ਦੇ ਵਿੱਚ ਰਿਹਾ ਪਿਛਲੇ ਸਮੇਂ ਚ ਜੀ, ਇੰਨਾ ਕੁ ਪੱਖ ਦੇ ਵਿੱਚ ਰਿਹਾ ਕਿ ਸਾਡੇ ਕਈ ਖਿਡਾਰੀ ਨੇ
ਗੱਭਰੂ ਵੀ ਨੇ, ਮੁਟਿਆਰਾਂ ਵੀ ਨੇ, ਜਿਨ੍ਹਾਂ ਨੇ ਵਿਸ਼ਵ ਦੇ ਮੰਨੇ ਪ੍ਰਮੰਨੇ ਜਿਹੜੇ ਖਿਡਾਰੀ ਨੇ ਨਾ, ਉਹਨਾਂ ਨੂੰ ਹਰਾ ਕੇ ਵੱਡੇ ਵੱਡੇ ਮੈਡਲ ਦਿੱਤੇ। ਪੀ ਵੀ ਸਿੰਧੂ ਤਾਂ ਕਮਾਲ ਦੀ ਖਿਡਾਰੀ ਨੇ, ਲਗਾਤਾਰ ਦੂਸਰੀ ਵਾਰ ਜਿਹੜਾ ਉਹ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਚ ਪੁੱਜੀ, ਪਰ ਦੂਸਰੇ ਸਾਲ ਵੀ ਉਹਨੂੰ ਫਾਈਨਲ ਦੇ ਵਿੱਚ ਜਿੱਤ ਨਸੀਬ ਨਹੀਂ ਹੋਈ। ਹਾਲਾਂਕਿ ਜਿਹਦੇ ਤੋਂ ਪਿਛਲੀ ਵਾਰੀ ਉਹ ਓਕੂ ਹਾਰਾ ਤੋਂ ਹਾਰੀ ਸੀ ਫਾਈਨਲ ਚ, ਐਤਕੀ ਉਹਦਾ ਸੈਮੀਫਾਈਨਲ ਦੇ ਵਿੱਚ ਹੀ ਕੰਮ ਕਰ ਜਿਹੜਾ ਉਹ ਪੀ ਵੀ ਸਿੰਧੂ ਨੇ ਕਰਤਾ ਸੀ। ਤੇ ਫਾਈਨਲ ਮੁਕਾਬਲਾ ਬਿਲਕੁਲ ਇੱਕ ਪਾਸੜ ਜਿਹਾ ਰਿਹਾ। ਇਸ ਫਾਈਨਲ ਮੁਕਾਬਲੇ ਦੇ ਵਿੱਚ ਪਹਿਲਾਂ 21 ਦੇ ਮੁਕਾਬਲੇ 19 ਅੰਕ ਸੀ ਪੀ ਵੀ ਸਿੰਧੂ ਦੇ, ਫਿਰ 21 ਦੇ ਮੁਕਾਬਲੇ ਸਿਰਫ 10 ਅੰਕ ਸੀ, ਤੇ ਬੜੀ ਆਸਾਨੀ ਦੇ ਨਾਲ ਉਹ ਮੈਚ ਜਿਹੜਾ ਹਾਰ ਗਈ ਸਪੇਨ ਦੀ ਖਿਡਾਰਨ ਤੋਂ। ਪਰ ਇਹਦੇ ਬਾਵਜੂਦ ਵੀ ਪੀ ਵੀ ਸਿੰਧੂ ਦੀ ਇਹ ਪ੍ਰਾਪਤੀ ਕੋਈ ਘੱਟ ਨਹੀਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਮੈਚ ਉਹ ਫਾਈਨਲ ਦੇ ਖੇਡੀ ਹੈ, ਉਹ ਵੱਖਰੀ ਗੱਲ ਹੈ ਕਿ 7 ਜਿਹੜੇ ਸੈਮੀ ਫਾਈਨਲ ਮੈਚ ਨੇ ਉਹ ਪੀ ਵੀ ਸਿੰਧੂ ਹਾਰ ਚੁੱਕੀ ਹੈ। ਪਰ ਇਹ ਵੀ ਆਪਣੇ ਆਪ ਦੇ ਵਿੱਚ ਕੋਈ ਛੋਟੀ ਪ੍ਰਾਪਤੀ ਥੋੜੀ ਹੈ ਕਿ ਪੀ ਵੀ ਸਿੰਧੂ ਜਿਹੜੀ ਹੈ ਉਹਨੇ ਆਪਣੇ ਕਰੀਅਰ ਦੇ ਵਿੱਚ 22 ਵਾਰ ਵੱਡੇ ਮੁਕਾਬਲਿਆਂ ਚ ਫਾਈਨਲ ਚ ਪ੍ਰਵੇਸ਼ ਕੀਤਾ। 22 ਵਿੱਚੋਂ ਭਾਵੇਂ ਉਹ 12 ਹਾਰੀ ਹੈ, ਪਰ 10 ਮੁਕਾਬਲੇ ਉਹਨੇ ਜਿੱਤੇ ਵੀ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਫਾਈਨਲ ਦੇ ਵਿੱਚ ਪੀ ਵੀ ਸਿੰਧੂ ਦਾ ਅਪਣਾ, ਬਹੁਤ ਸੰਘਰਸ਼ ਕਰਕੇ ਆਪਣਾ, ਦੁਨੀਆਂ ਦੀਆਂ ਬਿਹਤਰੀਨ ਖਿਡਾਰਨਾਂ ਨੂੰ ਹਰਾਉਣਾ, ਉਹਨੇ ਸਾਬਿਤ ਕਰ ਦਿੱਤਾ ਕਿ ਭਾਵੇਂ ਫਾਈਨਲ ਮੈਚ ਵਿੱਚ ਪੀ ਵੀ ਸਿੰਧੂ ਦੇ ਪੈਰ ਨਹੀਂ ਲੱਗ ਸਕੇ, ਪਰ ਇਹਦੇ ਬਾਵਜੂਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੀ ਵੀ ਸਿੰਧੂ ਦਾ ਭਵਿੱਖ ਜਿਹੜਾ ਉਹ ਕਾਫੀ ਕਮਾਲ ਦਾ ਹੋਏਗਾ। ਬੈਡਮਿੰਟਨ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਹੋਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਜੀ, ਸੋ ਬਹੁਤ ਬੇਸ਼ਕੀਮਤੀ ਜਾਣਕਾਰੀ ਤੁਸੀਂ ਵਟਸਐਪ ਸਾਂਝੀ ਕਰਦੇ ਹੋ, ਤੇ ਨਾਲ ਹੀ ਅਸੀਂ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਸਰੋਤਿਆਂ ਨੂੰ ਆਵਾਜ਼ ਮਾਰਦੇ ਹਾਂ, ਕਿਉਂਕਿ ਕਾਲ ਕਰਕੇ ਤੁਸੀਂ ਵਟਸਐਪ ਤੋਂ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ। ਲਾਈਨਾਂ ਖੁੱਲੀਆਂ ਨੇ ਜੀ, ਔਰ ਅਮਰੀਕਾ ਦਾ ਨੰਬਰ ਹੈ 219-671-8080। ਸੋ ਇੱਕ ਬ੍ਰੇਕ ਤੋਂ ਬਾਅਦ ਅਸੀਂ ਤੇ ਤੁਸੀਂ ਸਾਰੇ ਮਿਲ ਕੇ ਗੱਲਬਾਤ ਕਰਦੇ ਹਾਂ।